ਹਰਮਨ ਜੀ ਵੈਲਕਮ ਜੀ ਜੀ ਆਇਆਂ ਨੂੰ ਪ੍ਰੋਗਰਾਮ ਅੱਜ ਕੋਈ ਆਇਆ ਸਾਡੇ ਵਿਹੜੇ ਦੇ ਵਿੱਚ ਬਿਲਕੁਲ ਜੀ ਆਪਦਾ ਰੇਡੀਓ ਸੁਣ ਰਹੇ ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਜਲ ਕੇ ਹਰਜੀ ਸਰ ਮਨ ਵੱਲੋਂ ਪਿਆਰ ਸਤਿਕਾਰ ਤੇ ਬਹੁਤ ਬਹੁਤ ਧੰਨਵਾਦ ਰੋਬੀ ਜੀ ਤੁਹਾਡਾ ਤੇ ਅੰਜਨਾ ਜੀ ਕਿਉਂਕਿ ਜਿਨ੍ਹਾਂ ਨੇ ਪੰਜਾਬ ਤੋਂ ਆਵਾਜ਼ ਦੇ ਜ਼ਰੀਏ ਮੈਨੂੰ ਆਪਣੇ ਚਾਹੁਣ ਵਾਲਿਆਂ ਦੇ ਸਨਮੁਖ ਕਰਵਾਇਆ ਹਰਜੀਤ ਹਰਮਨ ਜੀ ਜਿਹੜਾ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਤੋਂ ਮੌਸਮ ਦੀ ਜਾਣਕਾਰੀ ਲੈ ਰਹੀ ਹੈ ਮੌਸਮ ਬੜਾ ਸੁਹਾਵਣਾ ਬਣਿਆ ਹੋਇਆ ਇੰਜੋਏ ਕਰਨ ਵਾਲਿਆਂ ਲਈ ਤੁਸੀਂ ਮੌਸਮ ਤੋਂ ਕਿੰਨਾ ਕੁ ਪ੍ਰਭਾਵਿਤ ਹੋ ਹਾਂਜੀ ਕਿਉਂਕਿ ਅਸੀਂ ਆਵਾਜ਼ ਸੁਣ ਰਹੇ ਹਾਂ ਹਾਂਜੀ ਹਾਂਜੀ ਕਣਕਾਂ ਪੱਕੀਆਂ ਹੋਈਆਂ ਵਿਸਾਖੀ ਨੇੜੇ ਆਉਣ ਵਾਲੀ ਹੈ ਤੇ ਬੜਾ ਗੱਲਬਾਤ ਕੀਤੀ ਸੀ ਕਿ ਕਿਸਾਨਾਂ ਨੂੰ ਤਾਂ ਥੋੜਾ ਡਰ ਲੱਗਣ ਲੱਗ ਜਾਂਦਾ ਜਦੋਂ ਇਹਨਾਂ ਦਿਨਾਂ ਦੇ ਵਿੱਚ ਬੱਦਲਬਾਜ਼ੀ ਸ਼ੁਰੂ ਹੋ ਜਾਂਦੀ ਹੈਗੀ ਹਾਂਜੀ ਚਲੋ ਐਨੀਵੇ ਹਾਂਜੀ ਆਪਾਂ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰੀਏ ਅਸੀਂ ਫਾਰਮਲੀ ਹਮੇਸ਼ਾ ਕਿਸੇ ਵੀ ਆਰਟਿਸਟ ਦੀ ਜਾਂ ਕਿਸੇ ਕਲਾਕਾਰ ਨਾਲ ਜਦੋਂ ਗੱਲਬਾਤ ਕਰਦੇ ਹਾਂ ਹਮੇਸ਼ਾ ਅਸੀਂ ਇੱਕ ਬਰੀਫ ਦੇ ਵਿੱਚ ਅਸੀਂ ਥੋੜੀ ਜਿਹੀ ਗੱਲਬਾਤ ਪੁੱਛਦੇ ਹੁੰਦੇ ਹਾਂ ਕਿ ਉਹਨਾਂ ਦੇ ਬਚਪਨ ਦਾ ਜਿਹੜਾ ਸਫ਼ਰ ਤੋਂ ਉਸ ਤੋਂ ਬਾਅਦ ਉਹ ਪੜ੍ਹਾਈ ਜਾਂ ਐਜੂਕੇਸ਼ਨ ਦੇ ਥਰੂ ਹੁੰਦੇ ਹੋਏ ਜਦੋਂ ਤੱਕ ਉਹ ਸਿੰਗਿੰਗ ਦੇ ਪ੍ਰੋਫੈਸ਼ਨ ਦੇ ਵਿੱਚ ਆਏ ਉਦੋਂ ਤੱਕ ਦੇ ਸਫ਼ਰ ਦੇ ਉੱਪਰ ਇੱਕ ਪੰਛੀ ਝਾਤ ਅਸੀਂ ਜ਼ਰੂਰ ਮਾਰਦੇ ਹੁੰਦੇ ਹਾਂ ਜੀ ਉਸਦੇ ਬਾਰੇ ਸਾਨੂੰ ਜਾਣਕਾਰੀ ਦਿਓ ਬਿਲਕੁਲ ਜੀ ਰੋਬੀ ਜੀ ਮੇਰਾ ਜਿਹੜਾ ਵਰਸਾ ਇੱਥੇ ਪਟਿਆਲਾ ਡਿਸਟ੍ਰਿਕਟ ਦੀ ਤਹਿਸੀਲ ਸ਼ਹਿਰ ਨਾਭਾ ਦੇ ਕੋਲੇ ਇੱਕ ਪਿੰਡ ਪੈਂਦਾ ਦੋਦਾ ਤੇ ਉੱਥੇ ਮੈਂ ਪੈਦਾ ਹੋਇਆ ਤੇ ਉਹੀ ਮੇਰਾ ਬਚਪਨ ਪਿੰਡ ਦੀਆਂ ਗਲੀਆਂ ਉਹਨਾਂ ਦੇ ਵਿੱਚ ਬੀਤਿਆ ਤੇ ਪਹਿਲੀ ਤੱਕ ਦੀ ਸਿੱਖਿਆ ਮੈਂ ਆਪਣੇ ਸਕੂਲ ਤੋਂ ਲਈ ਤੇ ਫਿਰ ਮੈਂ ਮੈਟ੍ਰਿਕ ਕੀਤੀ ਸਾਡੇ ਪਿੰਡ ਦੇ ਨਾਲ ਸਕੂਲ ਹੈ ਸਰਕਾਰੀ ਹਾਈ ਸਕੂਲ ਢਿੰਗੀ ਹੁਣ ਸੀਨੀਅਰ ਸੈਕੰਡਰੀ ਸਕੂਲ ਬਣ ਗਿਆ ਜੀ ਤੇ ਪਲੱਸ ਟੂ ਮੈਂ ਕੀਤੀ ਨਾਨ ਮੈਡੀਕਲ ਸਰਕਾਰੀ ਨਾਭਾ ਤੇ ਕਾਲਜ ਤੋਂ ਬੀ ਏ ਕੀਤੀ ਫਿਰ ਅਕਾਲ ਡਿਗਰੀ ਕਾਲਜ ਮਸਤਵਾਲਾ ਤੋਂ ਮੈਂ ਜਿਹੜੀ ਹੈ ਡੀ ਫਾਰਮੇਸੀ ਕੀਤੀ ਤੇ ਉੱਥੋਂ ਹੀ ਮੇਰੇ ਜਿਹੜਾ ਹੈ ਸੱਤ ਸ਼ੁਰੂ ਹੋਇਆ ਤੇ ਮੇਰੀ ਪ੍ਰਗਤ ਵੀ ਜਿਹਨਾਂ ਨੇ ਮੇਰੇ ਹੁਣ ਤੱਕ ਦੇ ਸਾਰੇ ਅਕਾਲ ਡਿਗਰੀ ਕਾਲਜ ਮਸਤਵਾਲਾ ਦੇ ਪੜ੍ਹਨ ਦੌਰਾਨ ਹੋਈ ਸੀ ਤੇ ਉਸ ਸਮੇਂ ਉਹਨਾਂ ਨੇ ਜਿਹੜੇ ਗਾਣੇ ਮੈਨੂੰ ਦਿੱਤੇ ਮੇਰੀ ਪਹਿਲੀ ਕੈਸੇਟ ਰਿਲੀਜ਼ ਹੋਈ 99 ਦੇ ਵਿੱਚ ਉੜੀ ਚਾਂ ਤੋਂ ਵਿਛੜੀ ਉਸਦਾ ਨਾਂ ਸੀ ਤੇ ਐਚਐਮ ਜੀ ਨੇ ਕੀਤੀ ਸੀ ਜੀ ਹਾਂਜੀ ਹਰਮਨ ਜੀ ਹੁਣ ਤੱਕ ਕਿੰਨੀਆਂ ਕੁ ਐਲਬਮ ਤੁਹਾਡੀਆਂ ਮਾਰਕੀਟ 'ਚ ਆ ਚੁੱਕੀਆਂ ਨੇ ਜੀ ਮੇਰੇ ਖਿਆਲ ਆ ਜੀ 8-9 ਹੋ ਗਈਆਂ ਜੀ ਦੋ ਡਿਵੋਸ਼ਨਲ ਨੇ 6-7 ਮੈਂ ਗਿਣਤੀ ਕਦੇ ਕਦੇ ਯਾਦ ਰੱਖਣਾ ਭੁੱਲ ਜਾਂਦਾ ਤੇ ਦੋ ਮੇਰੀਆਂ ਆਈਆਂ ਧਾਰਮਿਕ ਜਿਵੇਂ ਜੀ ਸ਼ਾਨ ਕੌਮ ਤੇ ਉਸ ਤੋਂ ਪਹਿਲਾਂ ਆਈ ਸੀ ਸਿੰਘ ਸੂਰਮੇ ਅੱਜ ਜਦੋਂ ਤੁਸੀਂ 1999 ਦੇ ਵਿੱਚ ਸਫ਼ਰ ਸ਼ੁਰੂ ਕੀਤਾ ਤੇ ਉਦੋਂ ਦੀ ਗਾਇਕੀ ਜਾਂ ਉਦੋਂ ਦੇ ਗਾਇਕਾਂ ਦਾ ਹਾਲਾਤਾਂ ਨੂੰ ਤੇ ਅੱਜ ਦੇ ਹਾਲਾਤਾਂ ਨਾਲ ਤੁਸੀਂ ਜਦੋਂ ਕੰਪੇਅਰ ਕਰਦੇ ਹੋ ਕਿੰਨਾ ਕੁ ਔਖਾ ਮਾਰਕੀਟ ਦੇ ਵਿੱਚ ਆਪਣੇ ਆਪ ਨੂੰ ਬਣਾਈ ਰੱਖਣਾ ਬਿਲਕੁਲ ਜੀ ਦੇਖੋ ਮੈਂ ਜਦੋਂ ਗਾਉਣਾ ਸ਼ੁਰੂ ਕੀਤਾ ਇਹ ਸੰਘਰਸ਼ ਤਾਂ ਉਸ ਸਮੇਂ ਦੇ ਵਿੱਚ ਵੀ ਬਹੁਤ ਕਰਨਾ ਪੈਂਦਾ ਸੀ ਉਦੋਂ ਵੀ ਚੈਨਲ ਦਾ ਜੋ ਸੀ ਗਾਣੇ ਸ਼ੂਟ ਕਰਨੇ ਲਾਉਣੇ ਤੇ ਬੜਾ ਔਖਾ ਸੀ ਕੰਮ ਤੇ ਫਿਰ ਫਰਕ ਪੈਂਦਾ ਗਿਆ ਪੰਜਾਬੀ ਇੰਡਸਟਰੀ ਦੇ ਵਿੱਚ ਗਾਇਕ ਮੈਂ ਵੀ ਨਵਾਂ ਸੀ ਤੇ ਹੁਣ ਬਹੁਤ ਜ਼ਿਆਦਾ ਕਲਾਕਾਰ ਆਉਂਦੀਆਂ ਸਾਡੇ ਭਰਾ ਬਹੁਤ ਅੱਛੀਆਂ ਆਵਾਜ਼ਾਂ ਲੈ ਕੇ ਸੰਘਰਸ਼ ਮੈਨੂੰ ਲੱਗਦਾ ਵੀ ਹਰ ਵਕਤ ਹੀ ਬਣੇ ਗਏ ਨਾ ਕਲਾਕਾਰਾਂ ਦੇ ਵਿੱਚ ਹਰ ਇੱਕ ਲਾਈਨ ਦੇ ਵਿੱਚ ਕੰਪੀਟੀਸ਼ਨ ਹੁੰਦਾ ਵੀ ਤੁਸੀਂ ਕਿਸੇ ਵੀ ਲਾਈਨ ਨੂੰ ਲੈ ਲਓ ਤੇ ਪਹਿਲਾਂ ਕਦੇ ਕਲਾਕਾਰ ਜਦੋਂ ਗਾਉਂਦੇ ਸੀ ਤੇ ਕੰਪੀਟੀਸ਼ਨ ਸਭ ਤੋਂ ਪਹਿਲਾਂ ਵੀ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਹੁਣ ਵੀ ਬਹੁਤ ਜ਼ਿਆਦਾ ਪਰ ਪਰਮਾਤਮਾ ਜਦੋਂ ਸੁਣ ਲੈਂਦਾ ਕਿਸੇ ਦਾ ਨਾਂ ਬਣ ਜਾਂਦਾ ਫਿਰ ਆਪਣੀ ਹੋਂਦ ਨੂੰ ਸੰਭਾਲਣਾ ਵੱਡੀ ਗੱਲ ਹੋ ਜਾਂਦੀ ਹੈ ਨਾ ਤਾਂ ਪਰਮਾਤਮਾ ਬਣਾ ਦਿੰਦਾ ਤੇ ਹੁਣ ਸਾਡਾ ਇੰਨੀ ਕੁ ਕੋਸ਼ਿਸ਼ ਹੁੰਦੀ ਹੈ ਕਿ ਜੋ ਮੈਂ ਗਾਵਾਂ ਜਿਹੜਾ ਪਿਛਲਾ ਗਾਇਆ ਕਿ ਮੈਂ ਇਹੋ ਜਿਹਾ ਗਾਵਾਂ ਕਿ ਆਪਣੇ ਚਾਹੁਣ ਵਾਲਿਆਂ ਦੀ ਜਿਹੜਾ ਮਨੋਰੰਜਨ ਦੀ ਕਸੌਟੀ ਤੇ ਪੂਰੀ ਤਰ੍ਹਾਂ ਖਰਾ ਉਤਰ ਸਕਾਂ ਬਸ ਇਹੀ ਸੋਚ ਕੇ ਮੈਂ ਆਪਣੇ ਗਾਣੇ ਗਾਉਂਦਾ ਜੀ ਹਰਮਨ ਜੀ ਇਸੇ ਦੇ ਨਾਲ ਜੁੜੀ ਗੱਲ ਪੁੱਛਣਾ ਚਾਹੂੰਗੀ ਤੁਹਾਨੂੰ ਵੀ ਜਿਹੜੀ ਇਹ ਸਾਫ਼ ਸੁਥਰੀ ਗਾਇਕੀ ਦਾ ਖੇਤਰ ਕਹਿ ਸਕਦੇ ਹਾਂ ਜਿਹੜਾ ਤੁਸੀਂ ਗਾ ਰਹੇ ਹੋ ਉਹਦੇ ਵਿੱਚ ਤੁਸੀਂ ਸਟੈਂਡ ਹੋ ਇਹਦੇ ਵਿੱਚ ਹਰਜੀਤ ਹਰਮਨ ਦਾ ਨਾਂ ਚੱਲਦਾ ਤੇ ਜਿਹੜਾ ਇਹ ਨਾਂ ਚੱਲਦਾ ਇਹ ਤੁਹਾਡੀ ਆਵਾਜ਼ ਦੇ ਸਿਰ ਤੇ ਚੱਲਦਾ ਕਿ ਤੁਹਾਡੇ ਗੀਤਾਂ ਦੇ ਬੋਲਾਂ ਦੇ ਸਿਰ ਤੇ ਚੱਲਦਾ ਕਿ ਤੁਸੀਂ ਇਹਨੂੰ 50-50 ਕ੍ਰੈਡਿਟ ਦਿੰਦੇ ਹੋ ਵੀ ਦੋਵਾਂ ਦੇ ਸਿਰ ਤੇ ਚੱਲਦਾ ਦੇਖੋ ਜੀ ਗੱਲ ਬੜੀ ਔਖੀ ਹੋ ਜਾਂਦੀ ਆ ਕਈ ਵਾਰ
ਜਦੋਂ ਕੋਈ ਪ੍ਰੋਡਕਟ ਨੂੰ ਆਪਾਂ ਤਿਆਰ ਕਰਦੇ, ਮੈਂ ਤਾਂ ਸਮਝਦਾ ਵੀ ਉਹਦੇ ਵਿੱਚ ਹਰ ਇੱਕ ਚੀਜ਼ ਦਾ ਬਰਾਬਰ ਦਾ ਰੋਲ ਹੁੰਦਾ। ਜੇ ਗੱਡੀ ਚੱਲਦੀ ਆ ਕਹਿ ਦਈਏ ਆਪਾਂ ਕਿ ਉਹਦਾ ਚੱਕੇ ਦਾ ਜ਼ਿਆਦਾ ਰੋਲ ਹੁੰਦਾ ਹੈ, ਜਾਂ ਕਹਿ ਦਈਏ ਕਿ ਇੰਜਨ ਨਾ ਹੋਵੇ ਤਾਂ ਨਾ ਗੱਡੀ ਚੱਲੇ, ਜਾਂ ਡੈਡੀ ਨਾ ਹੋਵੇ ਬਹੁਤ ਹੀ ਅੱਛੇ ਲੇਖਕ ਨੇ, ਬੜੀ ਸੂਝ ਉਹਨਾਂ ਨੂੰ ਪੰਜਾਬੀ ਦੇ ਵਿੱਚ ਬੜੀ ਗੰਭੀਰਤਾ ਨਾਲ ਹਰ ਇੱਕ ਵਿਸ਼ੇ, ਹਰ ਇੱਕ ਮਤਲਬ ਜਿਹੜਾ ਹੈਗਾ ਖੇਤਰ ਨੂੰ ਫੀਲਡ ਪੰਜਾਬੀ ਕਿਸੇ ਵੀ ਲੈ ਲਈਏ ਜਾਂ ਇਤਿਹਾਸ, ਉਹਨਾਂ ਨੂੰ ਬਹੁਤ ਇਤਿਹਾਸ ਬਾਰੇ ਪਤਾ। ਸੋ ਉਹਨਾਂ ਦੀ ਗੀਤ ਮੇਰੇ ਹੁਣ ਤੱਕ ਸਾਡੀ ਟੀਮ ਦੀ ਮੈਂ ਕਹਿ ਸਕਦੀ ਪ੍ਰਾਪਤ ਕੀਤੀ। ਕੁੱਲ ਮਿਲਾ ਕੇ ਆਵਾਜ਼ ਮੇਰੀ ਜਿੰਨੀ ਹੈ ਪਰਮਾਤਮਾ ਨੇ ਬਖਸ਼ੀ, ਤੇ ਮੈਂ ਟਰਾਈ ਕਰਦਾ ਰਹਿੰਦਾ ਕਿ ਉਨੀ ਕੁ ਅੱਛਾ ਗਾ ਸਕਾਂ, ਤੇ ਉਦੋਂ ਸੋਹਣੇ ਮੇਰੇ ਪ੍ਰਗਟ ਉਹਨਾਂ ਦੇ ਗਾਣੇ ਲਿਖੇ ਹੁੰਦੇ ਨੇ ਜਿਸ ਨੂੰ ਹਰ ਕੋਈ ਬੈਠ ਕੇ ਉਹਦੇ ਲਫ਼ਜ਼ ਸੁਣਦਾ, ਤੇ ਉਸ ਤੋਂ ਅੱਛਾ ਮਿਊਜ਼ਿਕ ਸ਼ਰਮਾ ਜੀ ਜਿਹੜੀਆਂ ਦੋਵਾਂ ਚੀਜ਼ਾਂ ਦਾ ਮੇਲ ਜਿਹੜੀਆਂ ਉਹਨਾਂ ਦੇ ਵਿੱਚ ਇੱਕ ਕੜੀ ਦਾ ਕੰਮ ਕਰਦੀਆਂ ਜੀ। ਤੁਸੀਂ ਕਦੇ ਆਪਣੀ ਆਵਾਜ਼ ਦੇ ਨਾਲ ਨਾਲ ਆਪਣੀ ਕਲਮ ਦੀ ਅਜ਼ਮਾਈ ਕਰਨ ਦੀ ਕੋਸ਼ਿਸ਼ ਵੀ ਕੀਤੀ? ਪਹਿਲਾਂ ਲਿਖਦਾ ਹੁੰਦਾ ਜੀ ਥੋੜਾ ਬਹੁਤ, ਪਰ ਜਦੋਂ ਪ੍ਰਗਟਾਂ ਦੇ ਗਾਣੇ ਲਿਖਣੇ ਸ਼ੁਰੂ ਕੀਤੇ, ਉਹਨਾਂ ਨੇ ਮੈਨੂੰ ਗਾਣੇ ਮਿਲ ਗਏ, ਕਲਮ ਮੇਰੇ ਨਾਲ ਰਹੀ, ਤਾਂ ਮੈਨੂੰ ਫਿਰ ਉਦੋਂ ਬਾਅਦ ਮੈਂ ਕਦੇ ਆਪਣੀ ਕਲਮ ਅਜ਼ਮਾਈ ਕੀਤੀ ਉਹ ਨੀ, ਕਿਉਂਕਿ ਪ੍ਰਗਟ ਵੀ ਮੇਰੇ ਵੱਡੇ ਭਰਾਵਾਂ ਦੀ ਤਰ੍ਹਾਂ ਨੇ ਅੱਠ ਲੱਖ ਗਾਣੇ ਲਿਖਦੇ ਆ ਤੇ ਮੈਨੂੰ ਦੇ ਦਿੰਦੇ ਆ, ਤੇ ਮੈਂ ਪਿਛਲੀ ਐਲਬਮ ਸੀ ਇੱਕ ਤੁਹਾਡੀ ਜੰਜੀਰੀ ਪੰਜਾਬਣ, ਤੇ ਇਹ ਕੁਛ ਟਾਈਟਲ ਏਦਾਂ ਦੇ ਆ ਕਿ ਤੁਸੀਂ ਪੰਜਾਬਣ ਤੇ ਉਹਦੇ ਆਲੇ ਦੁਆਲੇ ਦੇ ਪਹਿਰਾਵਿਆਂ ਤੋਂ ਤੁਸੀਂ ਕਾਫੀ ਪ੍ਰਭਾਵਿਤ ਪੰਜੇਬਾਂ ਸੀ ਹਾਂਜੀ, ਇੱਕ ਪੰਜੇਬਾਂ, ਇੱਕ ਜੰਜੀਰੀ, ਇੱਕ ਝਾਂਜਰ, ਵੀ ਤੁਸੀਂ ਇੰਨਾ ਸ਼ਿੰਗਾਰ ਵੱਲ ਔਰਤ ਦੀ ਬਿਲਕੁਲ ਜੀ, ਮੈਂ ਸੁਣਾਉਣਾ ਹਿਸਟਰੀ ਸਾਡੀ ਜੰਜੀਰੀ ਤੋਂ ਸਫ਼ਰ ਸ਼ੁਰੂ ਆ ਕੀਤਾ, ਮਤਲਬ ਸ਼ੁਰੂ ਹੋ ਗਈ ਸੀ ਇਹ ਕਹਿਣੇ ਵਾਲੀ ਗੱਲ, ਪਰ ਉਸ ਦੇ ਵਿੱਚ ਇੱਕ ਆਈ ਸੀ ਭੁੱਲੇ ਇੱਕ ਰੂਪ ਬਣੀ, ਫਿਰ ਏਦਾਂ ਦੀ ਹੋਰ ਆਈ, ਫਿਰ ਤੇ ਇਸ ਦੇ ਵਿੱਚ ਗਾਣਾ ਸੀ ਝਾਂਜਰ ਦਾ, ਮੈਂ ਕਿਹਾ ਕਿਉਂ ਨਾ ਵੀ ਆਪਣੀ ਜਿਹੜੀ ਇਹ ਲਾਈਨ ਬਣੀ ਹੋਈ ਇਹਨੂੰ ਤੋੜਨਾ ਹੀ ਤਾਂ ਤੁਹਾਡਾ ਰੱਖਣੀ ਹੈ, ਚਾਹੇ ਮੇਰੀ ਇੰਗਲਿਸ਼ ਰੱਖਣ ਵਾਲੀ, ਅੱਜ ਕੱਲ੍ਹ ਹਰ ਇੱਕ ਦਾ ਆਪਣੇ ਮਤਲਬ ਹਿਸਾਬ ਨਾਲ ਟਾਈਟਲ ਹੁੰਦਾ, ਉਹਦੇ ਵਿੱਚੋਂ ਫਿਰ ਝਾਂਜਰ, ਹਾਲਾਂਕਿ ਇਹਨਾਂ ਦੇ ਗਹਿਣੇ ਦਾ ਗੀਤ ਵੀ ਆ, ਪੂਰੇ ਗਹਿਣੇ ਵੀ ਰੱਖ ਸਕਦੇ ਸੀ ਅਸੀਂ, ਪਰ ਝਾਂਜਰ ਝਾਂਜਰ ਚੰਗਾ ਲੱਗਿਆ ਜੀ, ਉਹ ਅਸੀਂ ਨਾ ਟਾਈਟਲ ਫਿਰ ਆਪਣੀ ਉੱਥੇ ਕਰੀ ਦੇ ਤੌਰ ਤੇ ਝਾਂਜਰ ਰੱਖਿਆ। ਅਲੋਪ ਹੋ ਰਹੇ ਗਹਿਣਿਆਂ ਦੇ ਨਾਮ ਲੋਕਾਂ ਨੂੰ ਚੇਤੇ ਕਰਾ ਰਹੇ ਹੋ, ਅਲੋਪ ਹੋ ਰਹੇ ਗਹਿਣਿਆਂ ਦੇ ਨਾਮ। ਬਿਲਕੁਲ ਜੀ, ਉਹ ਕਿਉਂਕਿ ਇਨਸਾਨ ਕਿਤੋਂ ਵੀ ਦੂਰ ਚੱਲਿਆ ਜਾਵੇ ਤਾਂ ਆਪਣੇ ਵਿਰਸੇ ਦੇ ਨਾਲ ਹਮੇਸ਼ਾ ਜੁੜਿਆ ਰਹਿੰਦਾ, ਜੇ ਦੂਰ ਵੀ ਚੱਲਿਆ ਜਾਂਦਾ ਤਾਂ ਵੀ ਉਹਨੂੰ ਆਪਣੀ ਮਿੱਟੀ ਚੋਂ ਜਿਹੜੀ ਆ ਪੰਜਾਬ ਦੀ ਖੁਸ਼ਬੂ ਤੇ ਪੁਰਾਣਾ ਸੱਭਿਆਚਾਰ, ਤੁਸੀਂ ਆਮ ਸੁਣਦੇ ਹੋ ਕੋਈ ਚਰਖੇ ਦੀ ਗੱਲ ਹੁੰਦੀ ਹੈ ਤਾਂ ਸਾਡੇ ਦਿਲਾਂ ਦੇ ਵਿੱਚ ਇੱਕ ਜਜ਼ਬਾਤ ਵੀ ਪੈਦਾ ਹੁੰਦਾ, ਨਹੀਂ ਰਿਹਾ ਪਰ ਸਾਡੇ ਸੱਭਿਆਚਾਰ ਦੇ ਨਾਲ ਉਹ ਜੀ ਕਾਂ ਬੋਲਦਾ, ਜਿੱਦਾਂ ਕਾਵਾਂ ਦੀਆਂ ਗੱਲਾਂ ਇਹ ਸਾਡੇ ਦਿਲ ਨਾਲ ਜੁੜੀਆਂ ਹੋਈਆਂ ਨੇ ਜੀ। ਹਾਂਜੀ, ਇਸ ਤੋਂ ਪਹਿਲਾਂ ਤੁਹਾਨੂੰ ਅਗਲਾ ਸਵਾਲ ਪੁੱਛੀਏ ਤੇ ਆਪਣੇ ਸੁਣਨ ਵਾਲੇ ਸਰੋਤਿਆਂ ਨੂੰ ਦੱਸ ਦਈਏ ਕਿ ਸਾਡੇ ਨਾਲ ਜੁੜੇ ਨੇ ਹਰਜੀਤ ਹਰਮਨ, ਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਉਹਨਾਂ ਦੀ ਜੀਵਨੀ ਦੇ ਬਾਰੇ, ਉਹਨਾਂ ਦੇ ਪ੍ਰੋਫੈਸ਼ਨਲ ਜੀਵਨ ਦੇ ਬਾਰੇ, ਤੇ ਅਗਲਾ ਸਵਾਲ ਤੋਂ ਪਹਿਲਾਂ ਮੈਂ ਸੁਣਨ ਵਾਲਿਆਂ ਨੂੰ ਇੱਕ ਉਹਨਾਂ ਦੇ ਝਾਂਜਰ ਐਲਬਮ ਦੇ ਵਿੱਚੋਂ ਜਿਹੜਾ ਟਾਈਟਲ ਸੌਂਗ ਆ ਝਾਂਜਰ, ਉਹਦੀ ਇੱਕ ਝਲਕ ਜ਼ਰੂਰ ਸੁਣਾਵਾਂਗਾ, ਸੁਣਦੇ ਰਹੋ। ਦੋਸਤੋ, ਬੜਾ ਪਿਆਰਾ ਸੌਂਗ ਜੀ ਝਾਂਜਰ ਸੁਣਿਆ ਆਪਾਂ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ, ਤੇ ਉਹ ਵੀ ਸਾਡੇ ਨਾਲ ਜੁੜੇ ਨੇ ਔਨ ਏਅਰ, ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਉਹਨਾਂ ਦੇ ਲਾਈਫ ਦੇ ਬਾਰੇ ਚ, ਉਹਨਾਂ ਦੇ ਗਾਣਿਆਂ ਦੇ ਬਾਰੇ ਦੇ ਵਿੱਚ, ਉਹਨਾਂ ਦੇ ਪ੍ਰੋਫੈਸ਼ਨ ਦੇ ਬਾਰੇ ਦੇ ਵਿੱਚ, ਸ਼ੌਕ ਦੇ ਬਾਰੇ ਦੇ ਵਿੱਚ, ਉਹਨਾਂ ਦੀ ਗਾਇਕੀ ਦਾ ਸਫ਼ਰ ਕਿੱਦਾਂ ਸ਼ੁਰੂ ਹੋਇਆ। ਤੁਹਾਨੂੰ ਵੀ ਮੌਕਾ ਮਿਲੂਗਾ ਜੀ, ਤੁਸੀਂ ਵੀ ਡਾਇਲ ਕਰ ਸਕਦੇ ਹੋ 0881-8181-31 ਦੇ ਉੱਪਰ, ਪਰ ਇੱਕ ਪੀਰੀਅਡ ਹੋਊਗਾ ਜਦੋਂ ਅਸੀਂ ਆਪਣੇ ਵੱਲੋਂ ਸਵਾਲ ਪੁੱਛਣ ਦਾ ਅਸੀਂ ਜਿਹੜਾ ਟਾਈਮ ਹੈਗਾ ਉਹ ਪੂਰਾ ਕਰ ਲਵਾਂਗੇ, ਉਸ ਤੋਂ ਬਾਅਦ ਤੁਹਾਨੂੰ ਟਾਈਮ ਦੇਵਾਂਗੇ, ਤੁਸੀਂ ਕਾਲ ਕਰਕੇ ਸਾਡੇ ਨਾਲ ਰਾਬਤਾ ਬਣਾ ਸਕਦੇ ਹੋ ਔਰ ਆਪਣੀ ਹਿੱਸੇ ਦਾ ਸਵਾਲ ਪੁੱਛ ਸਕਦੇ ਹੋਗੇ, ਔਰ ਤੁਹਾਨੂੰ ਇਹ ਕਲਾ
ਕਾਰ ਕਿੱਦਾਂ ਦੇ ਲੱਗਦੇ ਆਪਣੀ ਫੀਡਬੈਕ ਵੀ ਇਹਨਾਂ ਨੂੰ ਦੇ ਸਕਦੇ ਹੋ। ਹਾਂਜੀ ਹਰਜੀਤ ਜੀ, ਅਗਲਾ ਸਵਾਲ ਮੈਂ ਤੁਹਾਨੂੰ ਕਰਾਂ, ਜਦੋਂ ਤੁਸੀਂ 99 ਦੇ ਵਿੱਚ ਲਾਂਚ ਹੋਏ ਉਦੋਂ ਤੁਹਾਨੂੰ ਕੰਪਨੀ ਨੇ ਲਾਂਚ ਕੀਤਾ ਉਦੋਂ ਕੋਈ ਏਦਾਂ ਦਾ ਤੁਹਾਨੂੰ ਆਪਸ਼ਨ ਨਹੀਂ ਆਇਆ ਕਿ ਵੀ ਹਾਂਜੀ ਥੋੜੀਆਂ ਅਸ਼ਲੀਲਤਾ ਵਾਲੀਆਂ ਵੀਡੀਓਜ਼ ਪਾਈਏ ਜਾਂ ਥੋੜੇ ਜਿਹੇ ਏਦਾਂ ਦੀ ਵਰਡਿੰਗ ਕਰੀਏ, ਕੋਈ ਏਦਾਂ ਦਾ ਤੁਹਾਨੂੰ ਆਪਸ਼ਨ ਖੜਾ ਕੀਤਾ ਗਿਆ ਸੀ ਜਾਂ ਤੁਸੀਂ ਇਸ ਚੀਜ਼ ਤੋਂ ਆਪਣੇ ਆਪ ਨੂੰ ਓਦਾਂ ਹੀ ਦੂਰ ਰੱਖਿਆ? ਆਪਣੇ ਆਪ ਨੂੰ ਸੱਚੀ ਹੈ ਜੀ, ਮੇਰਾ ਮਨ ਨੀ ਮੰਨਦਾ ਕਿਉਂਕਿ ਮੈਂ ਗਾਣੇ ਦੇ ਵਿੱਚੋਂ ਜੇ ਕੁਛ ਹੋਵੇ ਨਾ ਤਾਂ ਉਹਦੇ ਵਿੱਚ ਫੁੱਕੀਆਂ ਵਰਕਾਂ ਮਾਂ ਦੀ ਮੈਨੂੰ ਵੈਸੀ ਪਸੰਦ ਨਹੀਂ ਹੈਗੀਆਂ, ਕਿਉਂਕਿ ਦੁਨੀਆਂ ਦੇ ਵਿੱਚ ਬੰਦਾ 33 ਕਰੋੜ ਦੇਵੀ ਦੇਵਤਿਆਂ ਦਾ ਮੁਲਕ ਸਾਡਾ ਹਿੰਦੁਸਤਾਨ, ਪਰ ਮੈਨੂੰ ਨੀ ਲੱਗਦਾ ਇੱਥੇ ਕੋਈ ਉਹਨਾਂ ਦਾ ਪ੍ਰਭਾਵ ਸਾਡੇ ਇਨਸਾਨਾਂ ਦੇ ਉੱਤੇ ਹੈ, ਕਿਉਂਕਿ ਹਰ ਧਰਮ ਇਨਸਾਨੀਅਤ ਦੀ ਗੱਲ ਕਰਦਾ ਸੀ ਰੌਲੇ ਰੱਪੇ ਦੇ ਵਿੱਚ। ਮੈਨੂੰ ਲੱਗਦਾ ਵੀ ਅਸੀਂ ਕਿ ਚੜ੍ਹਦੀ ਜਵਾਨੀ ਨੂੰ ਹਰ ਚੀਜ਼ ਕਿਸੇ ਵੱਲ ਵੀ ਤੁਸੀਂ ਮੋੜ ਲਓ, ਐਸਾ ਮੋੜ ਹੁੰਦਾ ਕਿ ਉਹਨਾਂ ਨੂੰ ਪਤਾ ਹੀ ਨੀ ਹੁੰਦਾ ਵੀ ਕਿੱਧਰ ਹੈ। ਮੈਂ ਚਾਹੁੰਦਾ ਕਿ ਪ੍ਰਮਾਤਮਾ ਜਿੰਨੇ ਵੀ ਮੇਰੇ ਤੋਂ ਬੋਲ ਗਵਾਵੇ ਤਾਂ ਇਹੋ ਜਿਹੀ ਹੋਣ ਜਿਸ ਨੂੰ ਮੇਰੇ ਚਾਹੁਣ ਵਾਲੇ ਪਸੰਦ ਕਰਦੇ ਰਹਿਣ, ਤੇ ਸੱਭਿਆਚਾਰ ਦੇ ਵਿੱਚ ਠੀਕ ਹੈ ਇਸ਼ਕ ਮੁਸ਼ਕ ਦੀਆਂ ਗੱਲਾਂ ਹਰ ਇੱਕ ਪੀੜ ਚ ਚੱਲਦੀਆਂ ਪਰ ਉਹ ਵੀ ਕਿਸੇ ਦਾਇਰੇ ਚ ਰਹਿ ਕੇ ਕੀਤੀਆਂ ਜਾਣ, ਤੇ ਵਜਾ ਰੌਲੇ ਰੱਪਿਆਂ ਦੇ ਗੀਤਾਂ ਤੋਂ ਮੈਂ ਬਹੁਤ ਜੀ ਗਰੇਜ ਕਰਦਾ। ਸੋ ਇਸੇ ਕਰਕੇ ਪ੍ਰਮਾਤਮਾ ਦੀ ਬਖਸ਼ਿਸ਼ ਕੇ ਗੀਤ ਪ੍ਰਗਟ ਵੀ ਸੋਹਣੇ ਨਿਕਲਦੇ, ਤੇ ਵੱਡਾ ਧੰਨਵਾਦ ਮੈਂ ਉਹ ਸਾਡੇ ਮੇਰੀ ਆਵਾਜ਼ ਨੂੰ ਪਿਆਰ ਕਰਨ ਵਾਲਿਆਂ ਦਾ ਜਿਹੜੇ ਕਿ ਮੇਰੀ ਸਾਰਥਿਕ ਜੀ ਸੋਚ ਨੂੰ ਇੱਕ ਸੱਭਿਆਚਾਰਕ ਜੀ ਸੋਚ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਨੇ। ਫਿਰ ਮੈਂ ਸਭ ਦਾ ਮੈਨੂੰ ਲੋੜ ਹੀ ਨਹੀਂ ਹੈ ਕੋਈ ਪੁੱਠੇ ਸਿੱਧੇ ਗੀਤ ਗਾਉਣ ਦੀ, ਪਰਮਾਤਮਾ ਦੀ ਬਖਸ਼ਿਸ਼ ਰੱਖੇ ਜੀ। ਹਾਂਜੀ 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 ਬਿਲਕੁਲ ਖੂਬ ਕਹਿ ਰਹੇ ਹੋ ਤੁਸੀਂ ਹਰਜੀਤ ਜੀ, ਤੇ ਮੈਂ ਨਾਲ ਹੀ ਤੁਹਾਨੂੰ ਇੱਕ ਫਰਮਾਇਸ਼ ਵੀ ਕਰੂੰਗੀ ਵੀ ਤੁਸੀਂ ਸਾਡੇ ਲਈ ਇੱਕ ਗੀਤ ਗਾਓ ਵੀ ਮੈਂ ਕੱਤ ਦੀ ਤਰਿੰਜਣਾ ਚ ਚਰਖਾ ਉੱਤੇ ਤੇਰਾ ਨਾਂ ਲਿਖਿਆ। ਬਿਲਕੁਲ ਜੀ, ਕਈ ਗੀਤ ਹੁੰਦੇ ਨੇ ਸਮੇਂ ਨਾਲ ਬਦਲਦੀ ਪਸੰਦ ਬਦਲਦੀ ਜਾਂਦੀ ਹੈ, ਮੇਰਾ ਬਹੁਤ ਫੇਵਰਟ ਗੀਤ ਹੈ ਇਹ। ਐਲਬਮ ਰਿਲੀਜ਼ ਹੋਈ ਸੀ, ਇਸਦਾ ਨਾਂ ਸੀ ਤੇਰੇ ਪਿੰਡ ਤੋਂ ਲਿਖੀ, 2003 ਦੇ ਵਿੱਚ ਰਿਲੀਜ਼ ਹੋਈ ਸੀ। ਇਹਦੇ ਵਿੱਚੋਂ ਮੈਨੂੰ ਇਹ ਬਹੁਤ ਗਾਣਾ ਮੈਂ ਅਕਸਰ ਚੀਜ਼ਾਂ ਤੇ ਗਾਉਂਦਾ ਜੀ, ਮੈਂ ਤੁਹਾਡੇ ਲਈ ਪੇਸ਼ ਕਰਨ ਲੱਗਿਆ। ਫੁੱਲਾਂ ਪੀੜ ਦੀ ਕਿਤਾਬ ਵਾਲਾ ਵਰਕਾ, ਦਿਲ ਦੀ ਕਿਤਾਬ ਵਾਲਾ ਵਰਕਾ ਵੀ ਉੱਤੇ ਤੇਰਾ ਨਾਂ ਲਿਖ ਕੇ, ਤੇ ਮੈਂ ਕੱਤ ਦੀ ਤਰਿੰਜਣਾ ਚ ਚਰਖਾ ਵੀ ਉੱਤੇ ਤੇਰਾ ਨਾਂ ਲਿਖ ਕੇ, ਵੀ ਮੈਂ ਕੱਤ ਦੀ ਤਰਿੰਜਣਾ ਚ ਚਰਖਾ ਵੀ ਉੱਤੇ ਤੇਰਾ ਨਾਂ ਲਿਖ ਕੇ। ਕਿਆ ਬਾਤ ਹੈ ਜੀ, ਬਹੁਤ ਖੂਬ ਕਿਹਾ ਤੇ ਅਸ਼ਲੀਲਤਾ ਤੋਂ ਦੂਰ ਰਹਿ, ਬਹੁਤ ਅਸ਼ਲੀਲਤਾ ਤੋਂ ਦੂਰ ਰਹਿਣ ਵਾਲਾ ਹੈ ਬੀਬਾ ਕਲਾਕਾਰ ਜੀ ਹਰਜੀਤ ਹਰਮਨ ਸਾਡੇ ਨਾਲ ਜੁੜਿਆ। ਦੋਸਤੋ ਹਰਜੀਤ ਹਰਮਨ ਨਾਲ ਆਪਾਂ ਗੱਲਾਂ ਬਾਤਾਂ ਕਰ ਰਹੇ। ਹਰਜੀਤ ਹਰਮਨ ਜੀ, ਅਗਲਾ ਸਵਾਲ ਮੈਂ ਇਹ ਕਰੂੰਗਾ ਤੁਹਾਨੂੰ ਕਿ ਨਵੀਂ ਜੋ ਐਲਬਮ ਪਾਈ ਆ ਉਹਦੇ ਵਿੱਚ ਤੁਹਾਡਾ ਫੇਵਰਟ, ਵੈਸੇ ਤਾਂ ਜਦੋਂ ਵੀ ਕਿਸੇ ਵੀ ਕਲਾਕਾਰ ਨੂੰ ਅਸੀਂ ਇੱਦਾਂ ਦਾ ਸਵਾਲ ਕਰਦੇ ਹਾਂ ਉਹਨਾਂ ਦੇ ਜਵਾਬ ਇੱਕ ਇਹ ਹੁੰਦਾ ਕਿ ਮੇਰੇ ਸਾਰੇ ਫੇਵਰਟ ਸੌਂਗ ਨੇ ਇਹਦੇ ਵਿੱਚ, ਪਰ ਫਿਰ ਵੀ ਕੋਈ ਨਾ ਕੋਈ ਸੌਂਗ ਜਿਹੜਾ ਦਿਲ ਦੇ ਨੇੜੇ ਹੁੰਦਾ ਜਿਹਨੂੰ ਤੁਸੀਂ ਇਹ ਸੋਚ ਕੇ ਲਿਆ ਹੁੰਦਾ ਕਿ ਵੀ ਚੱਲੇ ਨਾ ਚੱਲੇ ਮੈਨੂੰ ਸਕੂਨ ਮਿਲ ਰਿਹਾ ਇਸ ਚੀਜ਼ ਨਾਲ, ਉਹ ਕਿਹੜਾ ਸੌਂਗ? ਬਿਲਕੁਲ ਜੀ ਬਿਲਕੁਲ, ਸਾਰੇ ਗੀਤ ਵਧੀਆ। ਜੋ ਗੀਤ ਮੇਰਾ ਟਾਈਟਲ ਅੱਜ ਕੱਲ ਯੂਟਿਊਬ ਤੇ ਜਾਂ ਚੈਨਲ ਤੇ ਚੱਲਦਾ ਹੈ, ਜਿਹੜੇ ਹੁੰਦੇ ਸੀ ਆਵਾਜ਼ਾਂ ਦੂਰੋਂ ਮਾਰਦੇ ਕੋਲੋਂ ਵੀ ਲੰਘੇ ਬਿਨਾਂ ਬੋਲ ਕੇ, ਇੱਕ ਬੜੀ ਹਕੀਕਤ ਹੈ ਜੀ ਜ਼ਿੰਦਗੀ ਦੀ, ਇਨਸਾਨ ਕਿਸੇ ਪੱਖ ਤੋਂ ਗਿਰਦਾ ਤਾਂ ਆਵਾਜ਼ਾਂ ਮਾਰਨ ਵਾਲੇ ਵੀ ਕੋਲ ਦੀ ਲੰਘ ਜਾਂਦੇ ਆ। ਪਰ ਇਸੇ ਤਰ੍ਹਾਂ ਗੀਤ ਪ੍ਰਦੇਸੀਆਂ ਦਾ ਉਹਦੇ ਵਿੱਚ ਇੱਕ ਹੈ, ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪ੍ਰਦੇਸੀ, ਕਿਉਂਕਿ ਪ੍ਰਦੇਸੀ ਕੋਈ ਬਣਨਾ ਨੀ ਚਾਹੁੰਦਾ, ਵਕਤ ਹਾਲਾਤ ਬਣਾ ਦਿੰਦੇ ਆ ਤੇ ਉਹਦੇ ਵਿੱਚ ਉਹੀਆਂ ਘਟਨਾਵਾਂ, ਪਰ ਮੇਰਾ ਸਾਰੀ ਵਧੀਆ ਲੱਗਦੇ ਆ। ਤੇ ਇੱਕ ਗੀਤ ਹੈ ਇਸਦੇ ਵਿੱਚ, ਨੀ ਤੂੰ ਕੱਲੀ ਨਹੀਂ ਹੋ ਵਿਕੀ ਇਸ ਵਿਖੇ ਸੰਸਾਰ ਉੱਤੇ, ਮੈਨੂੰ ਲੱਗਦਾ ਇਹ ਸਾਰਾ ਹੀ ਜਹਾਂ ਵਿਕ ਗਿਆ, ਚੌਂਕ ਵਿੱਚ ਖੜੇ ਹੋਏ ਸਿਪਾਹੀਆਂ ਦਾ ਕੀ ਦੋਸ਼ ਜਦੋਂ ਸ਼ਹਿਰ ਵਾਲਾ ਖੁਦ ਸ਼ਹਿਨਸ਼ਾਹ ਵਿਕ ਗਿਆ। ਤੇ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਇਸ ਦਿਲ ਨੂੰ ਤੁੰਬ ਲੈਣ ਵਾਲੀਆਂ ਤੇ ਜ਼ਿੰਦਗੀ ਦੀਆਂ ਸੱਚਾਈਆਂ ਇਸ ਲਾਈਨ ਦੇ ਵਿੱਚ, ਸਾਡੀ ਕੌਮ ਦੀ ਗੱਲ ਵੀ ਵਿੱਚੇ ਵਿੱਚ ਕੀਤੀ ਗਈ ਹੈ, ਤੇ ਵਿੱਚੇ ਭ੍ਰਿਸ਼ਟਾਚਾਰੀ ਦੀ ਗੱਲ, ਵਿੱਚੇ ਲੋਕਾਂ ਦੀ ਬੇਵਫਾਈਆਂ ਦੀ ਗੱਲ ਇਸ ਗੀਤ ਦੇ ਵਿੱਚ ਹੈ, ਤੇ ਮੈਨੂੰ ਬਹੁਤ ਅੱਛਾ ਉਹ ਗੀਤ ਲੱਗਦਾ ਜੀ ਇਸ ਐਲਬਮ ਦੇ ਵਿੱਚੋਂ। ਹਾਂਜੀ, ਉਹ ਗਾਣਾ ਸੁਣਾਉਣ ਤੋਂ ਪਹਿਲਾਂ ਮੈਂ ਪਰਦੇਸੀ ਗਾਣਾ ਜਿਹੜਾ ਕਿ ਮੈਨੂੰ ਆਪਣੇ ਆਪ ਚ ਬਹੁਤ ਪਸੰਦ ਆ, ਮੈਂ ਸੁਣਨ ਵਾਲਿਆਂ ਦੀ ਨਜ਼ਰ ਕਰੂੰਗਾ ਥੋੜਾ ਜਿਹਾ, ਤੇ ਉਸ ਤੋਂ ਬਾਅਦ ਸੁਣਨ ਵਾਲਿਆਂ ਨੂੰ ਉਹ ਗਾਣਾ ਵੀ ਸੁਣਾਵਾਂਗੇ। ਦੋਸਤੋ ਸੁਣ ਰਹੇ ਹੋ ਰਾਬਤਾ ਰੇਡੀਓ, ਰਾਬਤਾ ਰੇਡੀਓ ਤੇ ਸਾਡੇ ਨਾਲ ਜੁੜੇ ਨੇ ਹਰਜੀਤ ਹਰ।
ਹਾਂਜੀ ਦੋਸਤੋ, ਤੁਸੀਂ ਇੱਕ ਛੋਟਾ ਜਿਹਾ ਨਮੂਨਾ ਦੇਖਿਆ ਇਸ ਪਰਦੇਸੀ ਸੌਂਗ ਦਾ। ਪਰਦੇਸੀ ਸੌਂਗ ਜੋ ਕਿ ਇਹਨਾਂ ਦੀ ਹਰਜੀਤ ਹਰਮਨ ਜੀ ਦੀ ਨਵੀਂ ਐਲਬਮ ਝਾਂਜਰ ਦੇ ਵਿੱਚੋਂ, ਬੜਾ ਹੀ ਪਿਆਰਾ ਸੌਂਗ ਆ, ਸਾਰੇ ਪਰਦੇਸੀਆਂ ਨੂੰ ਸਪੈਸ਼ਲੀ ਇਹ ਪਸੰਦ ਹੈਗਾ। ਤੇ ਸਾਡੇ ਨਾਲ ਲਾਈਵ ਇੰਡੀਆ ਤੋਂ ਸਾਡੇ ਨਾਲ ਜੁੜੇ ਨੇ ਹਰਜੀਤ ਹਰਮਨ ਜੀ, ਤੁਸੀਂ ਵੀ ਇਹਨਾਂ ਨਾਲ ਰਾਬਤਾ ਬਣਾ ਸਕਦੇ ਹੋ। ਪ੍ਰੋਗਰਾਮ ਦੇ ਐਂਡ ਦੇ ਵਿੱਚ ਤੁਹਾਨੂੰ ਮੌਕਾ ਦਿੱਤਾ ਜਾਊਗਾ, ਚਾਂਸ ਦਿੱਤਾ ਜਾਊਗਾ, ਤੁਸੀਂ ਆਪਣੇ ਸਵਾਲ ਜਾਂ ਤੁਸੀਂ ਆਪਣੀ ਗੱਲਬਾਤ ਹਰਜੀਤ ਹਰਮਨ ਨਾਲ ਕਰ ਸਕਦੇ ਹੋ। ਨੰਬਰ ਤੁਹਾਨੂੰ ਦੱਸ ਦੇਵਾਂ, ਨੰਬਰ ਤੁਸੀਂ ਨੋਟ ਕਰ ਲਓ, 08 81 81 31। ਜੇ ਤੁਸੀਂ ਵਿਦੇਸ਼ ਦੇ ਵਿੱਚ ਕਿਤੇ ਬੈਠੇ ਹੋਗੇ, ਵਿਦੇਸ਼ ਤੋਂ ਮਤਲਬ ਆਸਟ੍ਰੇਲੀਆ ਤੋਂ ਬਾਹਰ ਕਿਸੇ ਹੋਰ ਦੇਸ਼ ਦੇ ਵਿੱਚ ਤੁਸੀਂ ਰਾਬਤਾ ਨਾਲ ਜੁੜੇ ਬੈਠੇ ਹੋ, ਤੇ ਤੁਸੀਂ ਨੰਬਰ ਡਾਇਲ ਕਰ ਸਕਦੇ ਹੋ 61, ਜਿਹੜਾ ਇੱਥੋਂ ਦਾ ਕੰਟਰੀ ਕੋਡ ਆ ਜੀ 61, ਲਾ ਕੇ ਉਸ ਤੋਂ ਬਾਅਦ 8812181831, ਜਾਂ ਫਿਰ ਤੁਸੀਂ ਰਾਬਤਾ ਰੇਡੀਓ ਦੀ ਸਕਾਈਪ ID ਯੂਜ਼ ਕਰਕੇ ਤੁਸੀਂ ਸਾਡੇ ਨਾਲ ਰਾਬਤਾ ਬਣਾ ਸਕਦੇ ਹੋ। ਹਰਜੀਤ ਜੀ, ਤੁਹਾਡਾ ਦੁਬਾਰਾ ਤੋਂ ਜੀ ਆਇਆਂ ਨੂੰ ਤੁਹਾਨੂੰ ਵੈਲਕਮ, ਤੇ ਗਾਣੇ ਲਈ ਅਸੀਂ ਵਧਾਈ ਦਿੰਦੇ ਹਾਂ ਤੁਹਾਨੂੰ। ਤੁਹਾਡਾ ਗਾਣਾ ਜਿਹੜਾ ਪਰਦੇਸੀ ਬਹੁਤ ਜ਼ਿਆਦਾ ਹਿੱਟ ਜਾ ਰਿਹਾ ਜੀ, ਬਹੁਤ ਜ਼ਿਆਦਾ ਸੁਣਿਆ ਜਾ ਰਿਹਾ ਯੂਟਿਊਬ ਦੇ ਉੱਪਰ, ਤੇ ਤੁਸੀਂ ਵਧਾਈ ਦੇ ਪਾਤਰ ਹੋ ਜੀ। ਕਿੱਦਾਂ ਦਾ ਮਹਿਸੂਸ ਕਰ ਰਹੇ ਹੋ? ਬਹੁਤ ਬਹੁਤ ਮਿਹਰਬਾਨੀ ਜੀ, ਚਾਹੁਣ ਵਾਲਿਆਂ ਦਾ ਵੀ ਬਹੁਤ, ਕਿਉਂਕਿ ਕਲਾਕਾਰ ਆਪਣੇ ਆਪ ਵਿੱਚ ਕੋਈ ਬਹੁਤੀ ਵੱਡੀ ਚੀਜ਼ ਨਹੀਂ ਹੁੰਦਾ, ਜਿੰਨਾ ਚਿਰ ਪਿਆਰ ਮੇਰੇ ਚਾਹੁਣ ਵਾਲਿਆਂ ਦਾ, ਮੇਰੇ ਗੀਤ ਸੁਣਨ ਵਾਲਿਆਂ ਦਾ ਮੈਨੂੰ ਮਿਲਦਾ, ਤਾਂ ਉਨਾ ਚਿਰ ਮੈਂ ਸਮਝਦਾ ਕਿ ਮੈਂ ਕਲਾਕਾਰ ਹਾਂ। ਤੇ ਇਹ ਗੀਤ ਨੂੰ ਅਸੀਂ ਪ੍ਰਦੇਸ਼ੀਆਂ ਦਾ, ਮੈਂ ਅੱਜ ਤੱਕ ਗੀਤ ਨਹੀਂ ਗਾਇਆ ਕੋਈ, ਪਿਛਲੀ ਵਾਰੀ ਟਰੈਫਿਕਾਂ ਤੇ ਚੱਲਦੇ ਦੇਖ ਟਰਾਲੀ, ਇਸ ਵਾਰ ਸਾਨੂੰ ਹੁੰਦਾ ਸੀ ਕਿ ਪ੍ਰਦੇਸ਼ੀਆਂ ਤੇ ਕੋਈ ਗੀਤ ਗਾਇਆ ਜਾਵੇ, ਤੇ ਜੇਕਰ ਸਾਡੇ ਚਾਹੁਣ ਵਾਲਿਆਂ ਨੂੰ ਪਸੰਦ ਆ ਤਾਂ ਮੇਰੇ ਲਈ ਸਭ ਤੋਂ ਖੁਸ਼ੀ ਵਾਲੀ ਗੱਲ ਹੈ ਜੀ, ਮੈਂ ਪ੍ਰਮਾਤਮਾ ਦਾ ਸ਼ੁਕਰ ਕਰਦਾ। ਹਾਂਜੀ ਹਾਂਜੀ ਹਰਜੀਤ ਜੀ, ਪ੍ਰਗਟ ਜੀ ਤੁਹਾਡੀ ਲਾਈਫ ਚ ਆਏ, ਉਹਨਾਂ ਦੀ ਕਲਮ ਨੇ ਤੁਹਾਡੀ ਜ਼ਿੰਦਗੀ ਦਾ ਰੁੱਖ ਬਦਲਿਆ, ਕੀ ਕਹੋਗੇ ਕਿ ਜੇ ਉਸ ਕਲਮ ਦਾ ਸਾਥ ਤੁਹਾਨੂੰ ਨਾ ਮਿਲਦਾ ਤਾਂ ਕੀ ਤੁਹਾਡੀ ਆਵਾਜ਼ ਨੂੰ ਇੰਨੀ ਖਿਆਤੀ, ਇੰਨੀ ਬੁਲੰਦੀ, ਇੰਨੀ ਸ਼ੋਹਰਤ ਮਿਲ ਸਕਦੀ ਸੀ? ਬੜੀ ਖੂਬਸੂਰਤ ਜੀ ਗੱਲ ਕਰਾਉਣਾ ਜੀ, ਤੁਸੀਂ ਤੋਂ ਹਟ ਕੇ ਆਪਣੀ ਪ੍ਰਗਟ ਨਾਲ ਮਿਲਦੀ ਮੈਂ ਤੇ ਪ੍ਰਗਟ ਸਿੰਘ ਜਿਹੜੀ ਪ੍ਰੈਸ ਰਿਪੋਰਟ ਹੁੰਦੇ ਜੀ ਸੰਗਰੂਰ ਦੇ ਵਿੱਚ ਜੀ, ਤੇ ਮੈਂ ਉਸ ਸਮੇਂ ਮਨਸੋਣੇ ਕਾਲਜ ਦੇ ਵਿੱਚ ਪੜ੍ਹਦਾ ਸੀ ਜੀ। ਹਾਂਜੀ, ਤੇ ਮੇਰਾ ਦਿਲ ਕਰਦਾ ਕਿ ਮੈਨੂੰ ਟੀਚਰ ਟੂਚਰ ਲਵਾ ਦੋ ਜੀ, ਮੈਂ ਤੁਸੀਂ ਬੜਾ ਤੁਹਾਡੇ ਲਿੰਕ ਨੇ, ਲੀਡਰਾਂ ਨਾਲ ਨੇ ਤੇ ਈਟੀਟੀ ਦਾ ਕੋਈ ਮਾਸਟਰ ਬਣਾ ਦੋ ਮੈਨੂੰ, ਉਹਨਾਂ ਨੇ ਥਾਪੀ ਦੇ ਕੇ ਬੋਲਿਆ, ਕਹਿੰਦੇ ਉਹ ਤੈਨੂੰ ਬਹੁਤ ਵੱਡਾ ਕਲਾਕਾਰ ਬਣਾਵਾਂਗੇ, ਤੂੰ ਇਹ ਛੋਟੀਆਂ ਮੋਟੀਆਂ ਗੱਲਾਂ ਵੀ ਗੱਲਾਂ ਛੱਡ ਪਰੇ। ਉਹ ਮੈਨੂੰ ਐਂ ਲੱਗੇ ਵੀ ਕਿੱਥੇ ਏਦਾਂ ਮੁਕਾਮ ਬੰਦਾ ਸੁਪਨੇ ਚ ਨਹੀਂ ਸੋਚ ਸਕਦਾ ਜਿੰਨਾ ਮੈਨੂੰ ਪ੍ਰਮਾਤਮਾ ਨੇ ਬਖਸ਼ਿਆ, ਤੇ ਉਹਨਾਂ ਨੇ ਮੈਨੂੰ ਨਾਲ ਰੱਖਿਆ, ਪਤਾ ਨੀ ਪ੍ਰਮਾਤਮਾ ਦੀ ਬਖਸ਼ਿਸ਼ ਹੋਈ ਜੀ ਉਹ ਦਿਨ ਤੇ ਅੱਜ ਦਾ ਦਿਨ। ਹੁਣ ਮੈਂ ਇਹ ਚੀਜ਼ ਕਿਹਾ ਕਿ ਪ੍ਰਗਟ ਦਾ ਪੂਰੀ ਦਾ ਪੂਰਾ ਰੋਲ ਇੱਕ ਦੀ ਪ੍ਰਗਟ ਹੋਈ ਉਸ ਸਮੇਂ ਦੇ ਦੌਰਾਨ, ਮੈਨੂੰ ਉਹ ਸੰਗਰੂਰ ਮਾਸੋਆਣੇ ਸਾਹਿਬ ਦੀ ਪਵਿੱਤਰਤਾ ਕਿਤੇ ਨਾ ਮਿਲਦੀ ਤਾਂ ਹੋ ਸਕਦਾ ਮੈਂ ਗਾਇਕੀ ਨਾ ਹੁੰਦਾ ਜਾਂ ਗਾਉਂਦੀ ਨਾ ਹੁੰਦਾ। ਉਹਨਾਂ ਨੇ ਮੈਨੂੰ ਤੇ ਗਵਾਏ ਤੇ ਅੱਜ ਤੱਕ ਉਹਨਾਂ ਦੇ ਲਿਖੇ ਹੀ ਗੀਤ ਜੋ ਤੁਸੀਂ ਪ੍ਰਦੇਸੀ ਦੀ ਸਿਰਤ ਕਰਦੇ ਆ, ਆਪਾਂ ਹਰ ਇੱਕ ਗੀਤ ਦੀ ਸਿਰਤ ਮੈਂ ਗਾਉਂਦਾ ਤੇ ਕੱਲ ਨੂੰ ਪ੍ਰਗਟ ਸਿੰਘ ਦੀ ਹੈ ਸੋਚ ਜੋ ਸ਼ਬਦ ਉਹਨਾਂ ਦੇ ਜ਼ਹਿਨ ਦੇ ਵਿੱਚ ਆਉਂਦੇ ਨੇ ਉਹ ਵੀ ਮੈਂ ਗਾਉਂਦਾ, ਤੇ ਇਸ ਕਰਕੇ ਪ੍ਰਗਟ ਸਿੰਘ ਮੇਰੀ ਆਵਾਜ਼ ਤੋਂ ਉੱਪਰ ਮੇਰੇ ਲਈ ਅਹਿਮੀਅਤ ਰੱਖਦੇ ਆ ਜੀ। ਪ੍ਰਗਟ ਜੀ, ਹਰਜੀਤ ਜੀ, ਗੱਡੀਆਂ ਦੇ ਪਿੱਛੇ ਅਸੀਂ ਦੇਖਦੇ ਹਾਂ, ਬਾਈਕਸ ਦੇ ਪਿੱਛੇ ਦੇਖਦੇ ਹਾਂ, ਜਿੱਥੇ ਵੀ ਦੇਖੋ ਲਿਖਿਆ ਮਿਲਦਾ ਕਿ ਮਿੱਤਰਾਂ ਦਾ ਨਾਂ ਚੱਲਦਾ। ਹੁਣ ਤਾਂ ਮੈਂ ਕਹੂੰ ਵੀ ਇਹ ਲਾਈਨ ਹੈ ਜਿਹੜੀ ਕੁਮਹਾਰ, ਹੈਲੋ, ਮੈਂ ਸੁਣਨਾ ਚਾਹੁੰਦੀ ਆ ਵੀ ਕੋਈ ਅਜਿਹੀ ਘਟਨਾ ਵੀ ਹੈ ਜਿੱਥੇ ਤੁਹਾਨੂੰ ਆਪਣੇ ਨਾਂ ਚੱਲਣ ਦਾ ਮਾਣ ਮਹਿਸੂਸ ਹੋਇਆ ਤੇ ਤੁਹਾਨੂੰ ਲੱਗਿਆ ਹੋਵੇ ਵੀ ਮਿੱਤਰਾਂ ਦਾ ਨਾਂ ਚੱਲਦਾ? ਦੇਖੋ ਜੀ, ਇਹ ਬੰਦੇ ਦੀ ਆਪਣੀ ਸੋਚ ਆ, ਹਰ ਇੱਕ ਇਨਸਾਨ ਕਿਸੇ ਵੀ ਚਾਹੇ ਅਮੀਰ ਗਰੀਬ ਜਾਂ ਵੀ ਆ, ਮੈਨੂੰ ਲੱਗਦਾ ਇਹ ਚੀਜ਼ ਤਾਂ ਲੈ ਕੇ ਜ਼ਰੂਰ ਪੈਦਾ ਹੁੰਦਾ ਕਿ ਮੈਂ ਹਾਂ ਮੈਂ ਤਾਂ ਜਿਵੇਂ ਬੰਦੇ ਚ ਸ਼ੁਰੂ ਚ ਹੀ ਪੈਦਾ ਹੋ ਜਾਂਦੀ ਇਸ ਪ੍ਰਮਾਤਮਾ ਦੀ ਬਖਸ਼ਿਸ਼ ਇਹੋ ਜਿਹੀ ਇਨਸਾਨ ਤੇ ਆ, ਤੇ ਹਰ ਇੱਕ ਦੀ ਭਾਵਨਾ ਹੁੰਦੀ ਹੈ ਕਿ ਯਾਰ ਮੇਰਾ ਨਾਂ ਲੈ ਦੀ ਜਾਂ ਕਿਤੇ ਵੀ ਆ, ਉਹੀ ਇੱਕ ਜਿਹੜੀ ਮਨ ਦੀ ਰੀਹ ਸੀਗੀ ਉਹਨਾਂ ਨੇ ਸ਼ਬਦਾਂ ਚ ਪ੍ਰੋਤੀ ਪਾ ਦਿੱਤਾ, ਉਹਨਾਂ ਨੇ ਜਿਵੇਂ ਗੀਤ ਲਿਖਿਆ ਕਿ ਮਿੱਤਰਾਂ ਦਾ ਨਾਂ ਚੱਲਦਾ ਜਿੱਥੋਂ ਮਨ ਫਿਰ ਮੰਨ ਲਈਏ ਵੀ ਹਰਜੀਤ ਜੀ ਦਾ ਨਾਮ, ਹਰਜੀਤ ਹਰਮਨ ਜੀ ਦਾ ਨਾਂ ਲੈ ਕੇ ਕਿਤੋਂ ਵੀ ਵੰਗਾਂ ਚੜਾ ਲਈ ਉਹਨਾਂ ਦਾ ਨਾਂ ਚੱਲਦਾ। ਦੇਖੋ ਜੀ, ਕਾਲ ਜੁਗਾ ਹੋ ਸਕਦਾ ਕੋਈ ਜਵਾਬ ਦੇ ਦਿੰਦੇ, ਬਹੁਤਾ ਵਿਸ਼ਵਾਸ ਨਾ ਕਰਿਓ। ਕਹਿੰਦੀ ਜੀ ਬੜਾ ਸੱਚੀ ਗੱਲ ਹੈ ਜੀ, ਇਸ ਗੀਤ ਤੋਂ ਬਾਅਦ ਬਾਕੀ ਪ੍ਰਮਾਤਮਾ ਨੇ ਨਾਂ ਹੀ ਚਲਾਇਆ, ਕਿਉਂਕਿ ਮੈਂ ਜਿੰਨਾ ਵੀ ਦੇਸ਼ਾਂ ਵਿਦੇਸ਼ਾਂ ਦੀ ਸ਼ੇਅਰ ਕੀਤੀ ਤੇ ਸ਼ੋਅ ਕੀਤੇ ਉਹ ਇਸ ਗੀਤ ਤੋਂ ਕੀਤੇ ਜੀ। ਮੈਂ ਮਿੱਤਰਾਂ ਦਾ ਨਾਂ ਚੱਲਦਾ ਜਦੋਂ ਸਾਰੀ ਦੁਨੀਆ ਦੇ ਵਿੱਚ ਮਕਬੂਲ ਹੋਇਆ ਤੇ ਮੈਨੂੰ ਤਾਂ ਲੱਗਿਆ ਵੀ ਮੇਰਾ ਨਾਂ ਬਿਲਕੁਲ ਇਸ ਗੀਤ ਤੋਂ ਹੀ ਚੱਲਿਆ ਜੀ। ਬਿਲਕੁਲ ਜੀ, ਪਰਮਾਤਮਾ ਦੀ ਜੋ ਮੇਰੀ ਸੋਚ ਹੈ ਜੀ, ਪਰਮਾਤਮਾ ਨੂੰ ਦੂਰ ਪਾਉਂਦਾ ਹੈ। ਕੱਲੀ ਨਹੀਂ ਉਹ ਵੀ ਕੀ ਏ ਸਿਵਕੇ ਸੰਸਾਰ ਉੱਤੇ
लगता है सारा ही जहां बिक गया। पता लगा कौडियां दे भाव विक गया। फसे मझधार विच लोकां दा की बनू जदों कौम दा ही खुद रहनुमा विक गया। ਹਾਂਜੀ ਦੋਸਤੋ, ਤੁਸੀਂ ਜੁੜੇ ਹੋ ਰਾਬਤਾ ਰੇਡੀਓ ਤੇ। ਰਾਬਤਾ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਅੱਜ ਕੋਈ ਆਇਆ ਸਾਡੇ ਵਿਹੜੇ। ਜਿੱਦਾਂ ਤੁਹਾਨੂੰ ਪਤਾ ਹੀ ਹੈ, ਰਾਬਤਾ ਰੇਡੀਓ ਤੇ ਪ੍ਰੋਗਰਾਮ ਅਸੀਂ ਹਰੇਕ ਮੰਗਲਵਾਰ ਦੀ ਸ਼ਾਮ ਨੂੰ ਲੈ ਕੇ ਆਉਂਦੇ ਹਾਂ ਜੀ 8:30 ਵਜੇ। ਐਡੀਲਡ ਆਸਟ੍ਰੇਲੀਆ ਦੇ ਟਾਈਮ ਦੇ ਹਿਸਾਬ ਨਾਲ 9 ਵਜੇ ਹੁੰਦੇ ਨੇ ਜੀ ਸਿਡਨੀ ਤੇ ਮੈਲਬੋਰਨ ਦੇ ਵਿੱਚ। ਤੇ ਇਸ ਟਾਈਮ ਤੇ ਅਸੀਂ ਆ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਮਹਿਮਾਨ ਲੈ ਕੇ ਆਉਂਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ, ਕੋਈ ਨਾ ਕੋਈ ਉਸ ਸ਼ਖਸ ਨੂੰ ਜਿਹੜਾ ਕਿ ਪੰਜਾਬੀ ਕਲਚਰ ਨੂੰ, ਪੰਜਾਬੀ ਸੱਭਿਆਚਾਰ ਨੂੰ ਵਧਾਉਣ ਫੈਲਾਉਣ ਦੇ ਵਿੱਚ ਆਪਣੀ ਕਲਮ ਦੇ ਨਾਲ, ਆਪਣੀ ਆਵਾਜ਼ ਦੇ ਨਾਲ ਯੋਗਦਾਨ ਪਾਉਣ ਦੇ ਵਿੱਚ ਲੱਗਿਆ ਹੋਇਆ। ਅੱਜ ਸਾਡੇ ਨਾਲ ਜੁੜੇ ਹੋਏ ਨੇ ਹਰਜੀਤ ਹਰਮਨ। ਹੁਣ ਤੱਕ ਉਹਨਾਂ ਨੂੰ ਕਾਫੀ ਸਵਾਲ ਪੁੱਛੇ ਤੇ ਹੁਣ ਸਮਾਂ ਗਾ ਕਿ ਸਾਡੇ ਸੁਣਨ ਵਾਲੇ ਸਰੋਤੇ ਉਹਨਾਂ ਨੂੰ ਸਵਾਲ ਕਰਨ। ਤੇ ਹੁਣ ਤੁਹਾਡੇ ਲਈ ਲਾਈਨਾਂ ਖੁੱਲੀਆਂ ਨੇ ਜੀ, ਤੁਸੀਂ ਡਾਇਲ ਕਰ ਸਕਦੇ ਹੋ ਜੇ ਤੁਸੀਂ ਚਾਹੋ ਤਾਂ। ਤੁਸੀਂ ਆਪਣੀ ਪਸੰਦ ਦਾ, ਆਪਣੀ ਇੱਛਾ ਮੁਤਾਬਕ ਕੋਈ ਵੀ ਸਵਾਲ ਉਹਨਾਂ ਨੂੰ ਕਰ ਸਕਦੇ ਹੋ। ਨੰਬਰ ਤੁਹਾਨੂੰ ਰਿਪੀਟ ਕਰ ਦੇਵਾਂ, 08-8-81-81-31 08-81-81-31 ਦੇ ਉੱਪਰ ਡਾਇਲ ਕਰਕੇ ਤੁਸੀਂ ਰਾਬਤਾ ਬਣਾ ਸਕਦੇ ਹੋ ਸਾਡੇ ਨਾਲ ਤੇ ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ ਹਰਜੀਤ ਹਰਮਨ ਜੀ ਨੂੰ। ਜੇ ਤੁਸੀਂ ਵਿਦੇਸ਼ ਦੇ ਵਿੱਚੋਂ, ਵਿਦੇਸ਼ ਦੇ ਮਤਲਬ ਤੁਸੀਂ ਆਸਟ੍ਰੇਲੀਆ ਤੋਂ ਬਾਹਰ ਕਿਸੇ ਹੋਰ ਦੇਸ਼ ਦੇ ਵਿੱਚ ਰਾਬਤਾ ਨਾਲ ਜੁੜੇ ਬੈਠੇ ਹੋ, ਤੁਸੀਂ ਸਕਾਈਪ ਦੀ ਆਈ ਡੀ ਯੂਜ ਕਰ ਸਕਦੇ ਹੋ ਐਜ਼ ਏ ਰਾਬਤਾ ਰੇਡੀਓ, ਜਾਂ ਫਿਰ ਤੁਸੀਂ 61 ਜਿਹੜਾ ਕੰਟਰੀ ਕੋਡ ਆ ਉਹ ਵੀ ਡਾਇਲ ਕਰ ਸਕਦੇ ਹੋ। ਆਪਣੀ ਗੱਲਬਾਤ ਚੱਲ ਰਹੀ ਸੀ ਕਿ ਇਨ੍ਹਾਂ ਦੇ ਇਸ ਐਲਬਮ ਦੇ ਵਿੱਚੋਂ ਤੁਸੀਂ ਆਪਣੇ ਵੱਲੋਂ ਕੋਈ ਗਾਣਾ ਸਾਡੇ ਲਈ ਗੁਣਗੁਣਾਓ। ਚਲੋ ਜੀ, ਤੁਸੀਂ ਬੈਠੇ ਆਸਟ੍ਰੇਲੀਆ ਦੇ ਵਿੱਚੋਂ, ਮੈਂ ਫਿਰ ਸੱਭਿਆਚਾਰ ਜਿਹਾ ਇੱਕ ਗੀਤ ਮੈਨੂੰ ਹੁੰਦਾ ਹੀ ਹੈ ਮੇਰੀ ਐਲਬਮ ਦੇ ਵਿੱਚ, ਜਿਹੜਾ ਚਰਖੇ ਦੀ ਗੱਲ ਹੋਈ, ਇੱਕ ਵਾਰੀ ਆਇਆ ਤੋੜੀਏ ਨੂੰ ਪਹਿਲਾਂ ਪਾਣੀ ਲਾਉਂਦੇ ਜੱਟ ਤੋਂ ਨਾ ਕਣਕਾਂ ਨੂੰ ਤੋੜੀਏ ਨੂੰ ਪੈਂਦੇ ਜਦੋਂ ਪੀਲੇ ਪੀਲੇ ਫੁੱਲ ਵੀ ਇਸ ਦੇ ਵਿੱਚ ਵੀ ਇੱਕ ਬੜਾ ਖੂਬਸੂਰਤ ਜਿਹਾ ਮੇਰੇ ਮਨ ਨੂੰ ਚੰਗਾ ਲੱਗਦਾ ਗਾਣਾ, ਮੈਂ ਤੁਹਾਡੇ ਨਾਲ ਸਾਂਝਾ ਕਰਦਾ ਜੀ। ਮੈਂ ਚਾਤਰ ਕੱਢਦੀ ਬੈਠੀ ਦਰਵਾਜੇ ਪਾਵਾਂ ਮੋਰ ਵੇ, ਮੈਂ ਚਾਦਰ ਕੱਢਦੀ ਬੈਠੀ ਦਰਵਾਜੇ ਪਾਵਾਂ ਮੋਰ, ਫੁੱਲ ਕੱਢਾਂ ਤੇਰੇ ਨਾਮ ਦਾ ਰੱਖਾਂ ਪਰਦਾ ਤੱਕੇ ਨਾ ਕੋਈ ਹੋਰ ਵੇ, ਮੈਂ ਚਾਦਰ ਕੱਢਦੀ ਬੈਠੀ ਦਰਵਾਜੇ ਪਾਵਾਂ ਮੋਰ। ਕਿਆ ਬਾਤ ਹੈ ਜੀ, ਬਹੁਤ ਖੂਬ, ਬਹੁਤ ਖੂਬ। ਹਾਂਜੀ ਹਰਜੀਤ ਹਰਮਨ ਜੀ, ਵਿਦੇਸ਼ਾਂ ਦੇ ਵਿੱਚ ਤੁਸੀਂ ਨਵੀਂ ਜਨਰੇਸ਼ਨ ਦੇ ਗਾਇਕ ਹੋ, ਵਿਦੇਸ਼ਾਂ ਦੇ ਵਿੱਚ ਜਾਂਦੇ ਨਵੇਂ ਨੌਜਵਾਨਾਂ ਨੂੰ, ਤੁਸੀਂ ਕੀ ਆਪਣੇ ਵੱਲੋਂ, ਤੁਹਾਨੂੰ ਕੀ ਲੱਗਦਾ, ਕੀ ਮੈਸੇਜ ਦੇਣਾ ਚਾਹੀਦਾ, ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਤੁਸੀਂ ਆਪਣੇ ਵੱਲੋਂ ਕਿੱਦਾਂ ਚਾਹੁੰਦੇ ਹੋ ਕਿ ਕਿੱਦਾਂ ਦੀ ਉੱਥੇ ਲਾਈਫ ਗੁਜ਼ਾਰਨ, ਉਹ ਕਿੰਨਾ ਕੁ ਉਸ ਕਲਚਰ ਦੇ ਨਾਲ ਜੁੜਨ ਜਾਂ ਕਿੰਨਾ ਕੁ ਆਪਣੇ ਕਲਚਰ ਦੇ ਨਾਲ ਜੁੜੇ ਰਹਿਣ। ਬਿਲਕੁਲ ਜੀ, ਦੇਖੋ ਮੁਲਕ ਕਹਿ ਲਈਏ ਕਿ ਆਪਣਾ ਸਾਰੇ ਵਧੀਆ, ਆਪਣਾ ਕੰਟਰੀ ਹਿੰਦੁਸਤਾਨ ਦਾ ਕਹਿ ਲਈਏ, ਪੰਜਾਬ, ਕਿਉਂਕਿ ਜਿਹੜਾ ਘਰ ਹੁੰਦਾ ਘਰ ਤਾਂ ਹਮੇਸ਼ਾ ਘਰ ਹੀ ਰਹਿੰਦਾ, ਬਹੁਤ ਯਾਦ ਆਉਂਦੀ ਆ। ਤੇ ਵਿਦੇਸ਼ਾਂ ਦੇ ਵਿੱਚ ਰੂਲ ਬਹੁਤ, ਰੈਗੂਲੇਸ਼ਨ, ਸਰਕਾਰਾਂ ਦਾ ਕੰਮ ਵਧੀਆ ਤੇ ਹਰ ਇੱਕ ਨੂੰ ਇਨਸਾਫ਼ ਮਿਲਦਾ, ਮੈਂ ਇਹ ਵੀ ਨਿੰਦਣ ਯੋਗ ਨਹੀਂ, ਪਰ ਸੰਸਕਾਰ ਸਾਡੇ ਪੰਜਾਬ ਦੇ ਬਹੁਤ ਬਚੇ ਨੇ, ਤੇ ਸਾਨੂੰ ਬਚਪਨ ਤੋਂ ਆਪਣੇ ਮਾਂ ਬਾਪ ਤੋਂ ਮਿਲਦੇ ਆ, ਆਪਣੇ
ਵਿਰਸੇ ਦੇ ਵਿੱਚ ਸਾਡੇ ਬਜ਼ੁਰਗਾਂ ਤੋਂ ਮਿਲਦੇ ਆ। ਕਈਆਂ ਹੋਈਆਂ ਗੱਲਾਂ ਤੁਸੀਂ ਅਕਸਰ ਸੁਣਦੇ ਹੋ, ਪੰਜਾਬੀ ਦੀਆਂ ਖੋਤਾਂ ਵੀ ਇਹੋ ਜਿਹੀਆਂ ਨੇ ਜਿੱਦਾਂ ਗੁਰਬਾਣੀ ਦੀਆਂ ਲਾਈਨਾਂ ਚੱਲਦੀਆਂ, ਹੁਣ ਹਰ ਇੱਕ ਦੇ ਵਿੱਚ ਬਹੁਤ ਜ਼ਿਆਦਾ ਵਜਨ ਆਉਂਦਾ ਤੇ ਸਾਡੇ ਪੰਜਾਬ ਦਾ ਸੱਭਿਆਚਾਰਕ ਸਾਨੂੰ ਜੋ ਗੁਰੂਆਂ ਪੀਰਾਂ ਦੀ ਧਰਤੀ ਚੋਂ ਮਿਲਿਆ ਤੇ ਉਹ ਸੰਸਕਾਰ ਆਪਾਂ ਜੇ ਨਾ ਛੱਡੀਏ ਤਾਂ ਆਪਣੇ ਵਰਗਾ ਮੇਰਾ ਖਿਆਲ ਹੈ ਵੀ ਕੋਈ ਦੁਨੀਆਂ ਤੇ ਇਨਸਾਨ ਨਹੀਂ ਹੋ ਸਕੂਗਾ। ਹਰ ਇੱਕ ਦੀ ਇੱਜ਼ਤ ਕਰਨੀ, ਬਜ਼ੁਰਗਾਂ ਦੀ ਇੱਜ਼ਤ ਕਰਨੀ ਤੇ ਬਾਕੀ ਬੰਦਾ ਕਿਤੇ ਵੀ ਰਹੇ ਪਰ ਸੰਸਕਾਰ ਪੰਜਾਬ ਦੇ ਤੇ ਪੰਜਾਬੀ ਮਾਂ ਬੋਲੀ ਦੇ ਲਈ ਇਹ ਹੈ ਵੀ ਕਿ ਆਪਣੀ ਮਾਂ ਬੋਲੀ ਬਹੁਤ ਮਹਾਨ ਹੁੰਦੀ ਹੈ ਤੇ ਇਹੋ ਜਿਹਾ ਸੁਣਿਆ ਕਰੋ ਜਿਹਨੂੰ ਅਸੀਂ ਆਪਾਂ ਪਰਿਵਾਰ ਚ ਬੈਠ ਕੇ ਸੁਣ ਸਕੀਏ ਤੇ ਕੁਛ ਚੰਗੀ ਸੇਧ ਲੈ ਸਕੀਏ, ਕੁਛ ਇਹੋ ਜਿਹਾ ਦੇਖੀਏ ਜਿਹਦਾ ਕਿ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਉਹ ਵੀਡੀਓ ਦੇਖ ਸਕੀਏ ਤੇ ਕਹਿ ਸਕੀਏ ਕਿ ਸਾਡੀ ਪੰਜਾਬੀ ਮਾਂ ਆ, ਅਸੀਂ ਪੰਜਾਬੀ ਆ ਤੇ ਇਹੋ ਜਿਹਾ ਸਾਡਾ ਸੱਭਿਆਚਾਰ ਆ ਤੇ ਇਹੋ ਜਿਹੀ ਸਾਡੀ ਗੀਤ ਨੇ ਤੇ ਇਹੋ ਜਿਹੀ ਸਾਡੀ ਗਾਇਕੀ ਨੇ। ਹਰਮਨ ਜੀ, ਧਾਰਮਿਕ ਗਾਇਕੀ ਵੱਲ ਤੁਸੀਂ ਕਿਸੇ ਦੀ ਪ੍ਰੇਰਨਾ ਸਦਕਾ ਗਏ ਹੋ ਜਾਂ ਤੁਹਾਡੀ ਅੰਤਰ ਪ੍ਰੇਰਨਾ, ਸਵੈ ਪ੍ਰੇਰਨਾ ਵੀ ਤੁਹਾਡਾ ਝੁਕਾਅ ਹੈ ਧਾਰਮਿਕ ਗਾਇਕੀ ਵੱਲ? ਤੁਹਾਡੀਆਂ ਕਾਫੀ ਐਲਬਮਸ ਮੈਂ ਦੇਖੀਆਂ ਨੇ ਧਾਰਮਿਕ ਦੀ। ਬਿਲਕੁਲ, ਐਲਬਮ ਤਾਂ ਜੀ ਇੱਕ ਤਾਂ ਉਹਦੇ ਵਿੱਚ ਸਿੱਖ ਕੌਮ ਦੀਆਂ ਗੱਲਾਂ ਜਿੱਦਾਂ ਪੰਜਾਬ ਦੀਆਂ ਗੱਲਾਂ ਨੇ ਮੇਰੇ ਭਗਤ ਉਹਨਾਂ ਨੇ ਲਿਖੀਆਂ ਕਿਉਂਕਿ ਮੈਂ ਉਹਨਾਂ ਨਾਲ ਰਹਿੰਦਾ ਤੇ ਜਦੋਂ ਪਾਕਿਸਤਾਨ ਦੀ ਵੰਡ ਹੋਈ ਤਾਂ ਪੰਜਾਬ ਟੁੱਟਿਆ, ਫਿਰ ਹਿਮਾਚਲ ਤੇ ਹਰਿਆਣਾ ਦੋ ਸੂਬੇ ਹੋਰ ਇਹਦੇ ਵਿੱਚੋਂ ਅਲੱਗ ਹੋਏ, ਕੁਛ ਹਿੱਸਾ ਰਾਜਸਥਾਨ ਚ ਗਿਆ ਕਿ ਛੋਟਾ ਜਿਹਾ ਪੰਜਾਬ ਕਹੀਏ ਕਿ ਆਪਣੇ ਕੋਲ ਹੈ ਉਹ ਵੀ ਹੁਣ ਬਿਲਡਿੰਗਾਂ ਨੇ ਦੱਬ ਗਏ ਤੇ ਹਰ ਥਾਂ ਤੇ ਫਲੈਟ ਬਣੀ ਜਾਂਦੇ ਨੇ ਪਰ ਖੇਤੀ ਵਾਲੀ ਜ਼ਮੀਨ ਨਹੀਂ ਰਹੀ ਜਿੱਥੇ ਕਹੀਏ ਕਿ ਜੱਟ ਖੇਤ ਟਰੈਕਟਰ ਚਲਾਉਂਦਾ ਹੈ। ਪਰ ਫਿਰ ਵੀ ਪ੍ਰਮਾਤਮਾ ਦੀ ਬਖਸ਼ਿਸ਼ ਕਿ ਜਿੱਥੇ ਵੀ ਪੰਜਾਬੀ ਬੈਠੇ ਨੇ ਆਪਣੀਆਂ ਮਿਹਨਤਾਂ ਸਦਕਾ ਉਹਨਾਂ ਨੇ ਆਪਣੀ ਮਾਂ ਬੋਲੀ ਨੂੰ ਉੱਚਾ ਚੁੱਕਿਆ ਤੇ ਪੰਜਾਬੀਅਤ ਨੂੰ ਉੱਚਾ ਚੁੱਕਿਆ। ਉਹ ਪਿੱਛੇ ਜੀ ਮੇਰਾ ਗਾਣਾ ਆਇਆ ਸੀ ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ, ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ, ਇਹੋ ਜਿਹੇ ਗੀਤ ਜੀ ਮੈਂ ਗਾਉਂਦਾ ਰਹਿੰਦਾ ਜਿਹੜੇ ਮੇਰੇ ਦਿਲ ਤੋਂ ਚੰਗੇ ਲੱਗਦੇ ਨੇ, ਕੁਛ ਗੁਰਬਾਣੀ ਦੀ ਲਾਈਨਾਂ ਦੇ ਅਧਿਆਤਮਕ ਪੱਖ ਦੇ ਗੀਤ ਉਸ ਦੇ ਵਿੱਚ ਨੇ ਤੇ ਬੜਾ ਪਿਆਰ ਸੱਚੀ ਗੱਲ ਹੈ ਜੋ ਗਾਇਆ ਮੈਂ ਉਹ ਸਭ ਨੂੰ ਸਲਾਹਿਆ ਜਾਂਦਾ। ਹਰਜੀਤ ਜੀ, ਅਗਲਾ ਸਵਾਲ ਤੁਹਾਨੂੰ ਕਰਾਂ, ਉਦੋਂ ਪਹਿਲਾਂ ਮੈਂ ਸੁਣਨ ਵਾਲਿਆਂ ਨੂੰ ਦੱਸ ਦੇਵਾਂ, ਨੰਬਰ ਦੱਸ ਦੇਵਾਂ 08-8-81-81-31 ਦੇ ਉੱਪਰ ਡਾਇਲ ਕਰਕੇ ਆਪਣਾ ਰਾਬਤਾ ਬਣਾ ਸਕਦੇ ਨੇ। ਹਾਂਜੀ, ਸਾਡੇ ਨਾਲ ਸਰੋਤੇ ਜੁੜੇ ਨੇ। ਹਾਂਜੀ ਜੀ ਆਇਆਂ ਨੂੰ ਵੈਲਕਮ ਜੀ। ਹੈਲੋ। ਹਾਂਜੀ ਜੀ ਆਇਆਂ ਨੂੰ ਜੀ ਵੈਲਕਮ। ਹਾਂਜੀ ਰੋਬੀ ਜੀ। ਹਾਂਜੀ, ਕੀ ਸਵਾਲ ਲੈ ਕੇ ਆਏ ਹੋ ਸਾਡੇ ਤੇ ਆਪਣੇ ਸਾਰਿਆਂ ਦੇ ਕਲਾਕਾਰ ਲਈ? ਹਾਂਜੀ, ਪਹਿਲਾਂ ਤੇ ਸਤਿ ਸ੍ਰੀ ਅਕਾਲ ਹਰਮਨ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਹਰਜੀਤ ਹਰਮਨ ਦਾ ਬੜਾ ਫੈਨ ਆ, ਬਹੁਤ ਗਾਣੇ ਇਹਨਾਂ ਦੇ, ਬਹੁਤ ਮਤਲਬ ਵੀ ਸਾਡੇ ਸੱਭਿਆਚਾਰ ਨਾਲ ਜੁੜੇ ਗਾਣੇ ਜਿਹੜੇ ਇਹਨਾਂ ਦੇ ਸੁਣਦੇ ਰਹੇ ਆ ਔਰ ਬਹੁਤ ਹੀ ਵਧੀਆ ਗਾਇਕੀ ਇਹ ਕਰਦੇ ਤੇ ਹੁਣ ਮੈਂ ਪਰ ਜਿਹੜਾ ਮੇਰੇ ਸੁਣਨ ਦੇ ਵਿੱਚ ਆ ਰਿਹਾ ਸੀ ਵੀ ਇਹ ਕੋਈ ਮੂਵੀ ਦੇ ਵਿੱਚ ਵੀ ਆ ਰਹੇ, ਹੁਣ ਐਕਟਿੰਗ ਵੱਲ ਕਿਤਰਾਂ ਮਤਲਬ ਵੀ ਇਹਨਾਂ ਦਾ ਰੁਝਾਨ ਬਣਿਆ, ਇਹ ਮੈਂ ਪੁੱਛਣਾ ਚਾਹੂੰਗਾ ਹਰਮਨ ਜੀ। ਸ਼ੁਕਰੀਆ ਜੀ। ਹਾਂਜੀ, ਕੀ ਜਵਾਬ ਦੇਵੋਗੇ ਜੀ ਇਸ ਸਵਾਲ ਦਾ? ਬਿਲਕੁਲ ਜੀ, ਬੱਬੂ ਮਾਨੂ ਜੀ ਮੇਰੇ ਮਿੱਤਰ ਨੇ ਜੀ, ਉਹਨਾਂ ਨੇ ਇੱਕ ਮੂਵੀ ਸ਼ੁਰੂ ਕੀਤੀ ਪਿੱਛੇ, ਦੇਸੀ ਰੋਮੀਓ ਦਾ ਨਾਂ ਰੱਖਿਆ। ਹਾਂਜੀ ਹਾਂਜੀ ਜੀ। ਉਹ ਇੱਕ ਬੜੀ ਦੋਸਤਾਂ ਦੀ ਕਹਾਣੀ ਹੈ, ਚਾਰ ਪੰਜ ਜਿਹੜੇ ਹੈਗੇ ਆ ਇਕੱਠੇ ਹੀ ਰਹਿੰਦੇ ਆ ਤੇ ਉਹਨਾਂ ਦੇ ਵਿੱਚੋਂ ਇੱਕ ਮੈਂ ਵੀ ਆ ਜੀ। ਅੱਛਾ ਜੀ, ਅੱਛਾ। ਹਾਂਜੀ ਹਾਂ, ਬਾਕੀ ਮੂਵੀ ਬਣ ਕੇ ਤਿਆਰ ਹੋਣੀ ਆ, ਫਿਰ ਦੇਖਦਾ ਮੈਂ ਕਿੰਨਾ ਕੁ ਰੋਲ ਤੇ ਕੀ ਕਰ ਪਾਇਆ ਮੈਂ ਉਸਦੇ ਵਿੱਚ, ਹੈ ਵਧੀਆ ਤੇ ਫਿਰ ਮੈਂ ਉਸਦੇ ਬਸਲੇ ਨਾਲ। ਨਸ਼ੇ, ਨਸ਼ੇ ਇੱਕ ਬਹੁਤ ਵੱਡਾ ਨਸ਼ਾ ਜਿਹੜਾ ਇੱਕ ਸਬਜੈਕਟ ਜਿਹੜਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਲਾ ਲਓ ਜਾਂ ਪੰਜਾਬ ਦੇ ਫਿਊਚਰ ਦੇ ਵਿੱਚ ਇੱਕ ਜੁੜਿਆ ਹੋਇਆ, ਇਹਦੇ ਲਈ ਕਲਾਕਾਰਾਂ ਨੂੰ ਕਿੱਥੋਂ ਤੱਕ ਯੋਗਦਾਨ ਪਾ ਰਹੇ ਨੇ ਜਾਂ ਕਿੱਥੋਂ ਤੱਕ ਪਾ ਸਕਦੇ ਨੇ? ਤੁਸੀਂ ਆਪਣੇ ਲੇਵਲ ਤੇ ਨਸ਼ੇ ਘਟਾਉਣ ਦੇ ਵਿੱਚ ਜਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾਉਣ ਦੇ ਵਿੱਚ ਕਿਸ ਤਰ੍ਹਾਂ ਦੀ ਸੋਚ ਲੈ ਕੇ ਆਏ ਹੋਏ ਹੋ ਜਾਂ ਕੀ ਉਪਰਾਲਾ ਕਰ ਰਹੇ ਹੋ? ਪਹਿਲਾਂ ਵੀ ਨਸ਼ੇ ਹੁੰਦੇ ਸੀ ਜੀ, ਜਦੋਂ ਸਾਡੇ ਬਜ਼ੁਰਗ ਕਰਦੇ ਸੀ ਉਹਨੂੰ ਕਹਿੰਦੇ ਜੋਟੇ ਭੁੱਖੀ ਸੀਮਾ, ਪਰ ਹੁਣ ਦੇ ਜੋ ਨਸ਼ੇ ਸਾਡੇ ਸਾਹਮਣੇ ਆਏ ਨੇ, ਸਾਡੇ ਬਜ਼ੁਰਗ ਖਾਂਦੇ ਖੁੰਦੇ ਜੀ ਉਹ ਤੇ ਕੰਮ ਕਰਦੇ ਸੀ 75-75 ਸਾਲਾਂ ਦੇ, ਹੁਣ ਵੀ ਸਾਡੇ ਪਿੰਡਾਂ ਦੇ ਵਿੱਚ ਬੈਠੇ 80-80 ਸਾਲਾਂ ਦੀ, ਪਰ ਜੋ ਘਾਤਕ ਨਸ਼ੇ ਅੱਜ ਦੇ ਸਮੇਂ ਦੇ ਵਿੱਚ ਦੇਖਣ ਨੂੰ ਆਉਂਦੇ ਨੇ ਉਹਨਾਂ ਤਾਂ ਮੇਰੇ ਖਿਆਲ ਜ਼ਿੰਦਗੀ ਮੌਤ ਦੀ ਲੜਾਈ ਇਨਸਾਨ ਲੜਦਾ। ਸਮੈਕ ਕਹਿੰਦੇ ਵੀ ਇੱਕ ਵਾਰੀ ਇੱਕ ਚੁੰਡੜੀ ਬਣ ਗਈ ਤਾਂ ਮਿੱਤਰਾਂ ਨੇ ਕਿਸੇ ਨੂੰ ਸੂਤਾ ਲਵਾ ਤਾ ਤੇ ਕਹਿੰਦੇ ਵੀ ਬੰਦਾ ਦੂਜੇ ਦਿਨ ਉੱਠਦਾ ਨੀ, ਤੇ ਇਹੋ ਜਿਹੇ ਘਾਤਕ ਨਸ਼ੇ ਸਾਡਾ ਬੋਟਲ ਟੱਪ ਕੇ ਆਉਂਦੇ ਨੇ ਤੇ ਇਹਦੇ ਵਿੱਚ ਕਿਉਂਕਿ ਸਾਡਾ ਪੋਲੀਟੀਕਲ ਲਾਈਨ, ਸਾਡਾ ਇੱਥੋਂ ਦਾ ਸਿਸਟਮ ਬਹੁਤ ਜ਼ਿਆਦਾ ਜ਼ਿੰਮੇਵਾਰ ਸਮਝਦਾ ਮੈਂ। ਹਾਂਜੀ ਹਾਂਜੀ, ਸਰੋਤੇ ਜੁੜੇ ਨੇ ਸਾਡੇ ਨਾਲ। ਹਾਂਜੀ ਹਾਂਜੀ, ਪਰਮਾਤਮਾ ਕਰੇ ਕਿ ਸਾਡੇ ਕੋਲ ਗੁਰੂਆਂ ਦੀ ਬਾਣੀ ਆ ਉਹਦੇ ਵਿੱਚ ਬਹੁਤ ਅੱਛੀ ਰਹਿਮਤ ਹੈ, ਚੰਗਾ ਜੀਵਨ ਇੱਕ ਕਹਿੰਦੇ ਵੀ ਆਰਟ ਆਫ ਲਾਈਫ ਦਾ ਢੰਗ ਆਪਾਂ ਕਈ ਪੜ੍ਹਦੇ ਹਾਂ ਤੇ ਗੁਰਬਾਣੀ ਤੋਂ ਵੱਡਾ ਕੋਈ ਨੀ, ਪਰਮਾਤਮਾ ਗੁਰਬਾਣੀ ਦੇ ਡਰ ਲਾ ਕੇ ਰੱਖੇ ਸਭ ਨੂੰ ਜ਼ਿੰਦਗੀ ਦੀਆਂ ਸੱਚਾਈਆਂ ਜੀ, ਬੰਦਾ ਬਚਿਆ ਰਹੇ ਕਿਉਂਕਿ ਬਹੁਤ ਮਹਾਨ ਵਿਰਸਾ ਆਪਣਾ ਤੇ ਆਪਣੇ ਆਪ ਨੂੰ ਖੁਦ ਹੀ ਸੰਭਾਲਣਾ ਪਊਗਾ ਇਸ ਸਮੇਂ ਦੇ ਵਿਚਾਰ ਇਨਸਾਨ ਨੂੰ। ਹਾਂਜੀ ਹਰਮਨ ਜੀ, ਤੁਹਾਡਾ ਗੀਤ ਹੈ ਅੱਡੀ ਮਾਰ ਕੇ ਗਿੱਧੇ ਚ ਆ ਜਾ ਕਿਤੇ ਨੱਚਣਾ ਨਾ ਭੁੱਲ ਜੀ,
ਤੁਸੀਂ ਏਦਾਂ ਦਾ ਗੀਤ ਗਾ ਕੇ ਜਿੱਥੇ ਪੰਜਾਬਣ ਦੇ ਸਵੈ ਮਾਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਆ, ਕਿ ਕੋਈ ਇਹੋ ਜਿਹਾ ਗੀਤ ਵੀ ਤੁਸੀਂ ਗਾਇਆ ਕਿ ਪੰਜਾਬਣ ਦੇ ਘਟਦੇ ਜਾਂਦੇ ਮਾਨ ਨੂੰ ਦਬਾਉਣ ਦੀ ਤੁਸੀਂ ਕੋਸ਼ਿਸ਼ ਕਰੋ, ਜਿਹੜਾ ਅੱਜ ਦੇ ਸਮੇਂ ਚ ਔਰਤ ਦੀ ਆਪਾਂ ਦੇਖ ਰਹੀ ਹਾਂ, ਹੋਰ ਗਾਇਕ ਗਾ ਰਹੇ ਨੇ, ਪਤਾ ਨੀ ਕਿ ਕੋਈ 15 ਸਾਲਾਂ ਦੀਆਂ ਕੁੜੀਆਂ ਨੂੰ ਨਿਸ਼ਾਨਾ ਬਣਾ ਰਿਹਾ, ਕੋਈ ਕੁਛ ਕਰ ਰਿਹਾ, ਵੀ ਤੁਸੀਂ ਪੰਜਾਬਣਾਂ ਦੇ ਘਟਦੇ ਜਾਂਦੇ ਮਾਨ ਨੂੰ ਵਧਾਉਣ ਵਾਸਤੇ ਕੁਛ ਗਾ ਰਹੇ ਹੋ ਇਸ ਤਰ੍ਹਾਂ ਦਾ? ਬਿਲਕੁਲ ਜੀ, ਮੈਂ ਜੇ ਵਧਾਉਣ ਦੇ ਲਈ ਸਮੇਂ ਸਮੇਂ ਦੇ ਨਾਲ ਗੀਤ, ਜਿੱਦਾਂ ਉਹਦੇ ਵਿੱਚ ਤੁਸੀਂ ਬਹੁਤ ਅੱਛੇ ਗਾਣੇ ਦੀ ਜ਼ਿਕਰ ਕੀਤਾ ਕਿ ਮਾਰ ਕੇ ਕਿਤੇ ਦੇ ਵਿੱਚ ਆ ਗਿਆ ਨੀ, ਕਿਤੇ ਨੱਚਣਾ ਨਾ ਭੁੱਲ ਜੀ, ਉਹਦੇ ਵਿੱਚ ਉੱਚੀ ਰੱਖੀ ਬਾਬਲੇ ਦੀ ਪੱਗ ਨੀ, ਮੇਰੇ ਲਾਈਨਾਂ ਯਾਦ ਨੇ, ਰਹੀ ਬਣ ਕੇ ਤੂੰ ਮਾਣ ਨੀ ਪੰਜਾਬ, ਉੱਚੀ ਰੱਖੀ ਬਾਬਲੇ ਦੀ ਪੱਗ ਨੀ, ਜਿੱਥੇ ਜਾਵੇ ਉੱਥੇ ਗੱਲਾਂ ਕਰੇ, ਹਾਂ ਜਿੱਥੇ ਜਾਵੇ ਉੱਥੇ ਗੱਲਾਂ ਕਰੇ, ਬੜਾ ਅੱਛੀਆਂ ਗੱਲਾਂ ਨੇ ਉਹਦੇ ਵਿੱਚ ਨਾਮ ਵਗਦੇ। ਪਰ ਮੈਂ ਕਹਿੰਦਾ ਵੀ ਸ਼ੋਹਰਤ ਬੜੀ, ਤੁਸੀਂ ਜ਼ਿੰਦਗੀ ਦੇ ਵਿੱਚ ਦੇਖਿਆ ਵੀ ਸ਼ੋਹਰਤ ਮਿਲ ਜਾਂਦੀ ਹੈ ਇਨਸਾਨ ਨੂੰ, ਤੇ ਇਹ ਬੜੀ ਫੋਕੀ ਜੀ ਚੀਜ਼ ਹੁੰਦੀ ਆ, ਪਰਮਾਤਮਾ ਇਹਨੂੰ ਸੰਭਾਲ ਕੇ ਰੱਖਣ ਦੀ ਤਾਕੀਦ, ਪਰ ਇਸ ਦੇ ਪਿੱਛੇ ਲੱਗ ਕੇ ਮੈਂ ਕਹਿੰਦਾ ਕੋਈ ਵੀ ਫੀਲਡ ਹੈ ਪਰ ਕਿਸੇ ਨੂੰ ਕੋਈ ਇਹੋ ਜਿਹਾ ਸੰਦੇਸ਼ਾ ਨਾ ਦਿਓ ਜਿਹਦੇ ਵਿੱਚ ਆਪਾਂ ਨੂੰ ਪੈਸੇ ਪਿੱਛੇ ਲੱਗ ਕੇ ਕਿਸੇ ਨੂੰ ਕੁਛ ਠੇਸ ਪਹੁੰਚਾਈਏ ਜਾਂ ਕੁਛ ਮਾੜਾ ਦਈਏ। ਤੇ ਪਰਮਾਤਮਾ ਸਭ ਦੀ ਸੋਚ ਨੂੰ ਉੱਚਾ ਰੱਖੇ, ਇਹ ਤਾਂ ਕਹਿੰਦਾ ਚੰਗਾ ਗਾਉਣ ਦੀ ਹਿੰਮਤ ਬਖਸ਼ੇ ਪੰਜਾਬੀ ਚ। ਤੇ ਮੈਂ ਤਾਂ ਬਾਬੇ ਨੇ ਕੈਸਰ ਦਾ ਬੜਾ ਅੱਛਾ ਹੁੰਗਾਰਾ ਮਿਲ ਰਿਹਾ ਜੀ, ਤੇ ਫਿਰ ਮੈਂ ਤਾਂ ਕਹਿੰਦਾ ਪਰਮਾਤਮਾ ਮੇਰੇ ਤੋਂ ਇਹੋ ਜਿਹਾ ਗਵਾਉਂਦਾ ਰਹੇ ਜੀ, ਮੈਂ ਫਿਰ ਵਾਲੀ ਗੀਤ ਸਦਾ ਚਾਹੁੰਦਾ ਆਪਣੇ ਦਿਲੋਂ ਗਾਉਂਦਾ ਰਹਾਂ। ਹਾਂਜੀ ਹਰਜੀਤ ਜੀ, ਤੁਹਾਡੇ ਤੋਂ ਜੀ ਕਰਦਾ ਕਿ ਬਹੁਤ ਸਵਾਲ ਪੁੱਛੀਏ, ਬਹੁਤ ਸਵਾਲ ਪਏ ਨੇ ਦਿਮਾਗ ਦੇ ਵਿੱਚ ਲਾਈਨ ਅਪ ਹੋਏ, ਪਰ ਜਿੱਦਾਂ ਤੁਹਾਡੇ ਨਾਲ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਗੱਲਬਾਤ ਹੋ ਗਈ ਸੀ, ਆਫ ਏਅਰ ਆਪਣੀ ਗੱਲ ਹੋਈ ਸੀ ਕਿ ਟਾਈਮ ਦੀ ਬੜੀ ਕਮੀ ਆ ਤੁਹਾਡੇ ਕੋਲ, ਤੁਸੀਂ ਇੰਨਾ ਵਕਤ ਸਾਡੇ ਲਈ ਕੱਢਿਆ, ਅੱਜ ਕਾਫੀ ਵਕਤ ਸਾਡੇ ਲਈ ਕੱਢ ਲਿਆ ਆਪਣੇ ਬਿਜ਼ੀ ਸਕੇਜੂਲ ਦੇ ਵਿੱਚੋਂ, ਕਿਉਂਕਿ ਨਵੀਂ ਐਲਬਮ ਦੇ ਕਾਰਨ ਤੁਸੀਂ ਬਹੁਤ ਬਿਜ਼ੀ ਹੋ ਅੱਜ ਕੱਲ੍ਹ, ਸਾਰੇ ਸਰੋਤੇ ਵੀ ਜਾਣਦੇ ਨੇ, ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਾਲ ਕੀਤੀ। ਤੇ ਜਾਂਦੇ ਜਾਂਦੇ ਸੁਣਨ ਵਾਲੇ ਜਿਹੜੇ ਸੁਣਨ ਵਾਲੇ ਨੇ, ਮਿਊਜ਼ਿਕ ਸੁਣਨ ਵਾਲੇ ਨੇ, ਉਹਨਾਂ ਦੇ ਕੋਈ ਸੰਦੇਸ਼? ਬਿਲਕੁਲ ਜੀ, ਚੰਗਾ ਸੁਣੋ, ਚੰਗਾ ਦੇਖੋ, ਤੇ ਪੰਜਾਬੀ ਦੀ ਗੱਲ ਕਰਦੇ ਤਾਂ ਪੰਜਾਬੀਆਂ ਬਣ ਕੇ ਤੜਕੇ ਰਹੋ, ਤੇ ਉਹੋ ਜਿਹੇ ਅਡੋਪਟ ਕਰੋ ਆਪਣੇ ਸੰਸਕਾਰ, ਮਾਂ ਬਾਪ ਦੀ ਇੱਜ਼ਤ, ਬਜ਼ੁਰਗਾਂ ਦੀ ਇੱਜ਼ਤ, ਬਾਹਰਲੇ ਮੁਲਕਾਂ ਚ ਜਾ ਕੇ ਬੰਗਿਆ ਨਾ ਕਰੋ, ਹੈ ਸੁਭਾਅ ਵਧੀਆ, ਮੁਲਕ ਮੈਨੂੰ ਚੰਗੇ ਲੱਗਦੇ ਕਿਉਂਕਿ ਇੱਥੇ ਰੂਲ ਐਂਡ ਰੈਗੂਲੇਸ਼ਨ ਬਹੁਤ ਨੇ, ਹਰ ਇੱਕ ਨੂੰ ਇਨਸਾਫ਼ ਮਿਲਦਾ ਤੇ ਅੱਛਾ ਮਿਹਨਤ ਹਰੇਕ ਨੂੰ ਮਿਲਦੀ ਹੈ, ਤੇ ਚੰਗੇ ਪੰਜਾਬੀ ਬਣ ਕੇ ਜਿਹਨਾਂ ਮੁਲਕਾਂ ਚ ਤੁਸੀਂ ਪੰਜਾਬੀ ਸੁਭਾਅ ਵੀ ਆਪਣੇ ਨਾਲ ਰੱਖ ਦਿਓ ਤਾਂ ਤੁਹਾਡਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ। ਤੇ ਇਹੀ ਆ ਮੇਰੇ ਭਰਾ ਵੱਲੋਂ, ਕਿਉਂਕਿ ਮੇਰੇ ਪੰਜਾਬੀ ਭਰਾ ਸਾਰੇ ਸਿਆਣੇ ਆ, ਆਪਦੇ ਆਪ ਵਿੱਚ ਸਾਰੇ ਸਮਝਦਾਰ ਨੇ, ਇਹ ਥੋੜਾ ਬਹੁਤਾ ਸਮਾਂ ਹੁੰਦਾ, ਕੋਈ ਚੀਜ਼ਾਂ ਹੁੰਦੀਆਂ ਨੇ ਕਿਸੇ ਚੀਜ਼ ਨੂੰ ਹਾਲਾਤਾਂ ਨੂੰ ਖਰਾਬ ਕਰਨ ਲਈ, ਆਪਣੇ ਆਪ ਜਦੋਂ ਇਹਨਾਂ ਦੀ ਸੈਸ ਹੋਵੇ, ਐਵਰੀਥਿੰਗ ਇਜ਼ ਵੈਰੀ, ਜਦੋਂ ਬਹੁਤ ਸਾਥ ਹੋ ਜਾਂਦੀ ਆ ਤਾਂ ਕੋਈ ਜ਼ਿਆਦਾ ਦੇਰ ਨਹੀਂ ਰਹਿੰਦੀ, ਆਪਣੇ ਆਪ ਸਭ ਕਲੀਨ ਹੋ ਜਾਂਦਾ, ਜਦੋਂ ਅਸੀਂ ਠੀਕ ਹੁੰਦੇ ਹਾਂ ਸਾਰੇ, ਚੰਗਾ ਸੁਣਾਂਗੇ, ਚੰਗਾ ਮਿਊਜ਼ਿਕ ਅਡੋਪਟ ਕਰਾਂਗੇ ਤਾਂ ਆਪਣੀਆਂ ਜਿਹੜੀਆਂ ਸ਼ਿਕਾਇਤਾਂ ਨੇ ਖੁਦ ਹੀ ਦੂਰ ਹੋ ਜਾਣਗੀਆਂ ਨੇ। ਤੇ ਇਹੀ ਆ, ਤੇ ਪੰਜਾਬੀਆਂ ਦੇ ਲਈ ਦੁਆ ਕਰਦਾ ਕਿ ਪ੍ਰਮਾਤਮਾ ਸਮੂਹ ਪੰਜਾਬੀਆਂ ਨੂੰ ਚੜ੍ਹਦੀ ਕਲਾ ਬਖਸ਼ੇ, ਵੀ ਜਿੱਥੇ ਵੀ ਬੈਠੇ ਨੇ, ਕਿਉਂਕਿ ਕਲਾਕਾਰ ਅੰਬਾਲਾ ਟੱਪ ਕੇ ਪੰਜਾਬੀ ਬੋਲੀ ਭੁੱਲ ਜਾਂਦੇ ਆ, ਅਸੀਂ ਹੁਣ ਇੱਥੋਂ ਟਿਕਟ ਲੈ ਕੇ ਚਲੀ ਜਾ ਆਸਟ੍ਰੇਲੀਆ, ਕਨੇਡਾ, ਅਮੈਰੀਕਾ, ਮਿਹਨਤਾਂ ਕੀਤੀਆਂ ਸਾਡੇ ਪੰਜਾਬੀਆਂ ਨੇ, ਜਿੱਦਾਂ ਤੁਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹੋ, ਰੇਡੀਓ ਦੇ ਜ਼ਰੀਏ ਸਾਨੂੰ ਰੂਬਰੂ ਕਰਾਉਂਦੇ ਹੋ, ਤੇ ਤੁਹਾਡੀ ਮਿਹਨਤ ਹੀ ਸਾਡੇ ਲਈ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਅਸੀਂ ਇੱਥੇ ਸ਼ੋਅ ਕਰਨ ਆਉਂਦੇ ਹਾਂ, ਤੇ ਸਾਡੀ ਪਹਿਚਾਣ ਹੈ, ਮੁਲਕ ਘੁੰਮਣ ਨੂੰ ਮਿਲਦੇ ਨੇ। ਪਰਮਾਤਮਾ ਤੁਹਾਨੂੰ ਤਿੰਨ ਦੁੱਗਣੀ ਤੱਕ ਚੌਗਣੀ ਤਰੱਕੀ ਬਖਸ਼ੇ ਸਭ ਨੂੰ, ਇਹ ਮੇਰੀ ਦੁਆ ਹੈ, ਤਾਂ ਕਿ ਪੰਜਾਬੀ ਹੋਰ ਮਜ਼ਬੂਤ ਹੋ ਕੇ ਦੁਨੀਆਂ 'ਚ ਫੈਲ ਸਕੇ। ਹਾਂਜੀ, ਅਸੀਂ ਵੀ ਹਰਜੀਤ ਜੀ ਇਹੀ ਦੁਆ ਕਰਦੇ ਹਾਂ ਵੀ ਤੁਸੀਂ ਪੰਜਾਬੀ ਸੱਭਿਆਚਾਰ ਨੂੰ ਤੇ ਪੰਜਾਬੀ ਬੋਲੀ ਨੂੰ ਸੰਭਾਲਣ ਵਾਲੇ ਇਦਾਂ ਦੇ ਲਾਜਵਾਬ ਗੀਤ ਸਰੋਤਿਆਂ ਨੂੰ ਦਿੰਦੇ ਰਹੋ। ਹਾਂਜੀ, ਜਾਂਦੇ ਜਾਂਦੇ ਥੈਂਕ ਯੂ ਜੀ। ਹਾਂਜੀ ਹਰਜੀਤ ਜੀ, ਜਾਣ ਤੋਂ ਪਹਿਲਾਂ ਇੱਕ ਸਰੋਤੇ ਸਾਡੇ ਨਾਲ ਜੁੜ ਗਏ ਨੇ, ਮੈਂ ਚਾਹੁੰਦਾ ਕਿ ਉਹਨਾਂ ਦਾ ਸਵਾਲ ਕਾਲ ਹੋਰ ਲੈ ਲਈਏ ਜੀ। ਹਾਂਜੀ, ਕਾਲ ਹੋਰ ਲੈ ਲਈਏ। ਹਾਂਜੀ ਜੀ, ਆਇਆਂ ਨੂੰ ਜੀ। ਹਾਂਜੀ, ਸਤਿ ਸ੍ਰੀ ਅਕਾਲ ਰੋਬੀ ਭਾਈ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਭਾਈ ਜੀ, ਮੇਰਾ ਨਾਮ ਹੈ ਰਣਜੀਤ ਢਾਲੀਵਾਲ। ਹਾਂਜੀ ਰਣਜੀਤ ਜੀ, ਜੀ ਆਇਆਂ ਨੂੰ ਵੈਲਕਮ ਜੀ। ਹਾਂਜੀ, ਮੈਂ ਮੈਲਬਨ ਸ਼ਹਿਰ ਤੋਂ ਬੋਲ ਰਿਹਾ। ਹਾਂਜੀ, ਕੀ ਸਵਾਲ ਆ ਜੀ ਹਰਜੀਤ ਜੀ ਲਈ? ਹਾਂਜੀ, ਸਵਾਲ ਤਾਂ ਕੁਛ ਨੀ ਭਾਈ, ਇੱਕ ਸੌਂਗ ਸੁਣਨਾ ਸੀਗਾ। ਸਤਿ ਸ੍ਰੀ ਅਕਾਲ ਹਰਮਨ ਭਾਈ ਜੀ। ਸਤਿ ਸ੍ਰੀ ਅਕਾਲ ਭਾਈ, ਸਤਿ ਸ੍ਰੀ ਅਕਾਲ ਜੀ। ਹਾਂਜੀ ਬਾਈ ਜੀ, ਮੈਂ ਆਪਣੇ ਘਰ ਵੀ ਆਇਆ ਹੋਇਆ ਤੇ ਇਸ ਕਾਰਨ ਵੀ ਮੈਨੂੰ ਬਹੁਤ ਵਧੀਆ ਲੱਗਾ ਤੁਹਾਡੇ ਨਾਦੇ ਦੇ ਘਰ ਆ ਕੇ। ਇਹ ਦੂਸਰੀ ਗੱਲ ਜੀ, ਵਧੀਆ ਤੁਹਾਡੇ ਚ ਕੀ ਲੱਗਿਆ, ਜਿਵੇਂ ਕਿ ਸਭ ਤੁਹਾਡਾ ਸਾਦਗੀਪਨ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ, ਜਾਣੀ ਕਿ ਮੈਂ ਤੁਹਾਡੀ ਜੋ ਇੱਕ ਇੰਟਰਵਿਊ ਜੋ ਮੁਲਾਕਾਤ ਦੇਖੀ ਟੀਵੀ ਤੇ, ਤੁਸੀਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਮਿਲੇ ਤਾਂ ਕੁਛ ਲੱਗ ਨਹੀਂ ਰਿਹਾ ਸੀ ਇੱਦਾਂ ਦਾ ਵੀ ਤੁਸੀਂ ਸਿੰਗਰ ਹੋ, ਬਟ ਬੜੇ ਹੀ ਸਿੰਪਲ ਸੀ। ਬਟ ਉਸ ਤੋਂ ਬਾਅਦ ਚ ਪਤਾ ਲੱਗਿਆ ਵੀ ਹਰਮਨ ਬਾਈ ਜੀ ਨੀ ਇੰਨੇ ਸਿੰਪਲ, ਜਿਹਨੇ ਕਿ ਸੋਚ ਵੀ ਨੀ ਸਕਦੇ ਸੀ। ਤੇ ਬਾਕੀ ਦੂਸਰੀ ਬਾਈ ਜੀ, ਮੈਂ ਸੌਂਗ ਸੁਣਨਾ ਚਾਹੁੰਦਾ, ਦਿਲਚਸਪ ਕਿ ਤੇਰਾ ਨਾਂ ਰੱਖਿਆ ਬਾਹਰ ਦੱਸਿਆ ਕਦੇ ਨੀ ਦਿਲ ਤੇ ਬਿਲਕੁਲ ਜੀ। ਠੀਕ ਹੈ ਜੀ, ਮੈਂ ਦੋ ਲਾਈਨਾਂ ਸੁਣਾਤਾ ਜੀ, ਇਹਨਾਂ ਸਿਫਾਰਿਸ਼ ਕੀਤੀ ਹੈ। ਹਾਂਜੀ,
ਹਾਂਜੀ ਹਾਂਜੀ ਜਰੂਰ। ਕੋਈ ਤਾਂ ਕਿਸੇ ਦੇ ਨਾਂ ਦੀ ਮੁਦਰੀ ਬਣਾਈ ਫਿਰੇ, ਕੋਈ ਤਾਂ ਕਿਸੇ ਦਾ ਨਾਂ ਵੀ ਨੀ ਤੇ ਲਿਖਾਈ ਫਿਰੇ। ਅਸੀਂ ਲੋਕਾਂ ਨਾਲੋਂ ਵੱਖਰਾ ਸੁਭਾਅ ਰੱਖਿਆ, ਲੋਕਾਂ ਨਾਲੋਂ ਵੱਖਰਾ ਸੁਭਾਅ ਰੱਖਿਆ ਨੀ, ਪਰ ਦੱਸਿਆ ਕਦੇ ਨੀ ਸਾਡਾ ਦਿਲ ਤੇ ਲਿਖਾ ਕੇ, ਅਸੀਂ ਨਾਂ ਰੱਖਿਆ ਨੀ ਪਰ ਦੱਸਿਆ ਕਦੇ ਨੀ। ਹਾਂਜੀ ਹਰਜੀਤ ਜੀ, ਜਾਣ ਤੋਂ ਪਹਿਲਾਂ ਇੱਕ ਕਾਲਰ ਸਾਡੇ ਨਾਲ ਹੋਰ ਜੁੜੇ ਵੀ ਕਾਲ ਲੈਂਦੀ। ਹਾਂਜੀ ਹਾਂਜੀ ਜੀ, ਆਇਆਂ ਜੀ ਵੈਲਕਮ। ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ, ਸਿਮਰ ਬੋਲ ਰਿਹਾ ਜੀ ਐਡਲੇਟ ਤੋਂ। ਸਿਮਰ ਜੀ ਜੀ ਆਇਆਂ ਨੂੰ ਵੈਲਕਮ, ਤੇ ਰੱਖੋ ਜੀ ਆਪਣਾ ਸਵਾਲ ਆਪਣੇ ਮਹਿਬੂਬ ਕਲਾਕਾਰ। ਸਵਾਲ ਤਾਂ ਜੀ ਕੋਈ ਨੀ ਜੀ, ਮੈਂ ਭਾਈ ਨਾਲ ਗੱਲ ਕਰਨੀ ਸੀ ਜੀ। ਮੈਨੂੰ ਐਜ਼ ਏ ਆਰਟਿਸਟ ਤੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਦੇ, ਪਰ ਐਜ਼ ਏ ਪਰਸਨ ਤੇ ਬਹੁਤ ਵਧੀਆ ਬੰਦੇ ਹੈਗੇ ਜੀ ਹਰਮਨ ਭਾਜੀ। ਇਹਨਾਂ ਦੀ ਮੈਂ ਇੱਕ ਵਾਰੀ ਇੰਟਰਵਿਊ ਵੇਖੀ ਸੀ ਜੀ ਟੀਵੀ ਤੇ, ਐਜ਼ ਏ ਪਰਸਨ ਇਹਨਾਂ ਦਾ ਹਾਊਸ ਉਹਨਾਂ ਸਾਰਾ ਦਿਖਾਇਆ ਸੀ। ਤੇ ਬਾਕੀ ਤੁਹਾਨੂੰ ਪਤਾ ਜਿੱਦਾਂ ਆਰਟਿਸਟ ਸਾਰੇ ਹੁੰਦੇ ਆ, ਮਤਲਬ ਵੀ ਥੋੜਾ ਜਿਹਾ ਉਹਨਾਂ ਚ ਆ ਜਾਂਦਾ ਹੰਕਾਰ ਵੀ ਥੋੜਾ ਬਹੁਤ, ਪਰ ਇਹ ਭਾਜੀ ਹੁਣਾਂ ਨੇ ਸ਼ੁਰੂ ਤੋਂ ਹੀ ਬਾਣਾ ਵੀ ਆਪਣਾ ਪੂਰਾ ਪੰਜਾਬੀ ਠੇਠ ਰੱਖਿਆ ਤੇ ਗਾਇਕੀ ਵੀ ਠੇਠ ਪੂਰੀ ਰੱਖੀ। ਸ਼ੁਕਰੀਆ ਕਾਲ ਕਰਨ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ ਹਰਜੀਤ ਜੀ, ਦੇਖੋ ਜੀ ਨਾਲ ਦੀ ਨਾਲ ਫੀਡਬੈਕ ਮਿਲ ਗਈ ਰਾਬਤਾ ਰੇਡੀਓ ਤੇ ਤੁਹਾਡੇ ਕੀਤੇ ਸਾਰੇ ਕਾਰਨਾਮਿਆਂ ਦੀ ਕਹਿ ਲਈਏ ਸ਼ਖਸੀਅਤ ਦੇ ਵੱਡਾ ਗੁਣ ਹੈ ਇਹ ਕਹਿ ਸਕਦੇ ਹਾਂ। ਮਿੱਤਰਾਂ ਦਾ ਵਾਕਈ ਨਾਂ ਚੱਲਦਾ ਜੀ, ਤੇ ਲੋਕਾਂ ਦੇ ਤੇ ਸੁਣਨ ਵਾਲਿਆਂ ਦੇ ਦਿਲਾਂ ਦੇ ਵਿੱਚ ਤੁਹਾਡਾ ਨਾਂ ਚੱਲਦਾ, ਤੇ ਅਸੀਂ ਰੱਬ ਅੱਗੇ ਦੁਆ ਕਰਾਂਗੇ ਤੁਸੀਂ ਅਸ਼ਲੀਲਤਾ ਤੋਂ ਆਪਣੀ ਲੇਖਣੀ ਤੇ ਗਾਇਕੀ ਨੂੰ ਦੂਰ ਰੱਖੋ ਤੇ ਤੁਹਾਡਾ ਨਾਂ ਸੱਭਿਆਚਾਰ ਨੂੰ ਵਧਾਉਣ ਦੇ ਵਿੱਚ ਇਸ ਤਰ੍ਹਾਂ ਹੀ ਚੱਲਦਾ ਰਹੇ। ਤੁਸੀਂ ਸਾਡੇ ਸਾਰਿਆਂ ਦੇ ਵਿਹੜੇ ਦੇ ਵਿੱਚ ਆਏ, ਸਾਨੂੰ ਆਪਣੇ ਜੀਵਨ ਤੋਂ ਜਾਣੂ ਕਰਵਾਇਆ, ਆਪਣੇ ਨਾਲ ਆਪਣੇ ਨਵੀਂ ਐਲਬਮ ਦੇ ਬਾਰੇ ਚ ਦੱਸਿਆ, ਤੇ ਆਪਣੇ ਵਿਚਾਰਾਂ ਦਾ ਰਾਬਤਾ ਸਾਡੇ ਨਾਲ ਬਣਾਇਆ ਤੇ ਸਾਡੇ ਸਾਰੇ ਸੁਣਨ ਵਾਲਿਆਂ ਨਾਲ ਬਣਾਇਆ, ਤੇ ਅਸੀਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਜੀ। ਤੁਹਾਡਾ ਬਹੁਤ ਬਿਜੀ ਸਕੇਜੂਲ ਸੀਗਾ ਤੇ ਉਸ ਦੇ ਵਿੱਚੋਂ ਸਾਨੂੰ ਤੁਸੀਂ ਇੱਕ ਆਵਾਜ਼ ਮਾਰਨ ਤੇ ਤੁਸੀਂ ਇੰਨਾ ਟਾਈਮ ਦਿੱਤਾ, ਸ਼ੁਕਰੀਆ ਜੀ ਤੁਸੀਂ ਸਾਡੇ ਨਾਲ ਰਾਬਤਾ ਬਣਾਇਆ।